Press the bell icon and never miss a video from newsnumber.com. ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ਨਿਊਜ਼ ਨੰਬਰ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਅੱਜ ਇੱਕ ਹੋਰ ਨਵੀਂ ਮੁਲਾਕਾਤ ਪ੍ਰੋਗਰਾਮ ਰੰਗ ਪੰਜਾਬ ਦੇ ਅਗਲੇ ਐਪੀਸੋਡ ਦੇ ਤਹਿਤ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਮਿਲਾਂਗੇ ਉਸ ਸੰਗੀਤਕਾਰ ਨੂੰ ਜਿਨ੍ਹਾਂ ਨੇ ਆਪਣੇ ਇਸ ਮੌਸੀਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅੱਜ ਤੋਂ 10-11 ਸਾਲ ਪਹਿਲਾਂ। ਬਹੁਤ ਸਾਰੇ ਸੰਗੀਤਕਾਰਾਂ ਨੂੰ ਆਪਾਂ ਮਿਲਦੇ ਹਾਂ ਤਾਂ ਕਹਿੰਦੇ ਨੇ ਕਿ ਬਚਪਨ ਤੋਂ ਹੀ ਸ਼ੌਂਕ ਸੀ ਜਾਂ ਬਚਪਨ ਤੋਂ ਹੀ ਉਹ ਕੁਛ ਨਾ ਕੁਛ ਗੁਣਗੁਣਾਉਣ ਦਾ ਜਾਂ ਵਜਾਉਣ ਦਾ ਸ਼ੌਂਕ ਰੱਖਦੀ ਸੀ। ਪਰ ਇਹ ਜੋ ਸੰਗੀਤਕਾਰ ਹੈ, ਇਹਨੇ ਆਪਣੀ ਸੁਰਤ ਦੇ ਵਿੱਚ ਆ ਕੇ, ਜਦੋਂ ਕਾਲਜ ਯੂਨੀਵਰਸਿਟੀ ਦੇ ਵਿੱਚ ਆਪਾਂ ਪੜ੍ਹ ਰਹੇ ਹੁੰਦੇ ਹਾਂ, ਉਹਨਾਂ ਦਿਨਾਂ ਦੇ ਵਿੱਚ ਆ ਕੇ ਰਿਅਲਾਈਜ਼ ਕੀਤਾ ਕਿ ਮਿਊਜ਼ਿਕ ਡਾਇਰੈਕਸ਼ਨ ਨੂੰ ਵੀ ਕਿੱਦਾਂ ਬਣਾਇਆ ਜਾ ਸਕਦਾ ਹੈ। ਸੋ ਉਸ ਤੋਂ ਬਾਅਦ ਇਹਨਾਂ ਦੇ ਸਫ਼ਰ ਦੀ ਸ਼ੁਰੂਆਤ ਹੋਈ ਤਾਂ ਬਾਲੀਵੁੱਡ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਸਿੰਗਲਸ ਦਾ ਦੌਰ ਹੈ, ਤਾਂ ਸਿੰਗਲ ਗਾਣਿਆਂ ਦਾ ਵੀ ਮਿਊਜ਼ਿਕ ਉਹਨਾਂ ਨੇ ਕੀਤਾ ਅਤੇ ਹੁਣ ਤੱਕ 12-13 ਸਾਡੀਆਂ ਪੰਜਾਬੀ ਫਿਲਮਾਂ ਦਾ ਮਿਊਜ਼ਿਕ ਕਰ ਚੁੱਕੇ ਨੇ। ਸੁਬੇਦਾਰ ਜੋਗਿੰਦਰ ਸਿੰਘ ਅਸੀਂ ਸਾਰਿਆਂ ਨੇ ਦੇਖਿਆ, ਉਸ ਤੋਂ ਬਾਅਦ ਕੈਰੀ ਔਨ ਜੱਟਾ 2 ਅਸੀਂ ਸਾਰਿਆਂ ਨੇ ਦੇਖਿਆ, ਤਾਂ ਇਹ ਰੀਸੈਂਟ ਉਹਨਾਂ ਦੇ ਪ੍ਰੋਜੈਕਟ ਰਹੇ ਨੇ। ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਕਲਾਕਾਰ ਰਣਜੀਤ ਬਾਵਾ ਹੋ ਗਏ, ਸੱਜਣ ਅਦੀਬ ਹੋ ਗਏ, ਰਾਹਤ ਫਤਿਹ ਅਲੀ ਖਾਨ ਸਾਹਿਬ ਹੋਰਾਂ ਦੀ ਆਵਾਜ਼ ਦੇ ਵਿੱਚ ਇਹਨਾਂ ਦੇ ਗੀਤ ਰਿਕਾਰਡ ਹੋਏ ਨੇ, ਉਹਨਾਂ ਨੂੰ ਮਿਊਜ਼ਿਕ ਇਹਨਾਂ ਨੇ ਦਿੱਤਾ ਆ। ਸੋ ਅੱਜ ਆਪਾਂ ਤੁਹਾਡੀ ਰੂਬਰੂ ਕਰ ਰਹੇ ਹਾਂ ਜੱਸੀ ਕਟਿਆਲ ਹੋਰਾਂ ਨੂੰ, ਜਿਨ੍ਹਾਂ ਨੂੰ ਇੰਡਸਟਰੀ ਦੇ ਵਿੱਚ ਜੇਕੇ ਦੇ ਨਾਲ ਨਾਲ ਵੀ ਜਾਣਿਆ ਜਾਂਦਾ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਫਸਟ ਆਫ ਆਲ ਗੁਰਦੀਪ ਜੀ, ਵੈਲਕਮ ਤੁਹਾਡਾ ਭਾਅ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਨੰਬਰ ਚੈਨਲ ਦਾ ਜੀ। ਤੇ ਕਾਫੀ ਕੁਝ ਤੁਸੀਂ ਐਕਸਪਲੇਨ ਕਰ ਹੀ ਦਿੱਤਾ ਆਲਰੇਡੀ ਗਾਣਿਆਂ ਦਾ, ਮੇਰੇ ਖਿਆਲ ਨਾਲ ਮੈਂ ਪ੍ਰੀਵੀਅਸ ਇੰਟਰਵਿਊਜ਼ ਦੇ ਵਿੱਚ ਮੈਂ ਦੱਸ ਦਿੱਤੇ ਨੇ ਇੰਨੇ ਇੰਟਰਵਿਊਜ਼ ਜੀ, ਤੇ ਕਾਫੀ ਲੈਂਥੀ ਤੁਸੀਂ ਦੱਸ ਚੁੱਕੇ ਹੋ, ਤੇ ਬਾਕੀ ਚਲੋ ਤੁਸੀਂ ਹੁਣ ਜਿੱਦਾਂ ਜਿੱਦਾਂ ਸਵਾਲ ਪੁੱਛਦੇ ਜਾਂਦੇ ਅਸੀਂ ਨਾਲ ਦੇ ਨਾਲ ਉਹਨਾਂ ਦਾ ਰਿਪਲਾਈ ਕਰਦੇ ਜੀ। ਮੈਂ ਗੁੱਡ ਮਾਰਨਿੰਗ ਕਹਿਣ ਲੱਗੀ ਸੀਗੀ। ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਆ ਮੇਰੀ, ਗੁੱਡ ਮਾਰਨਿੰਗ ਜੀ, ਹਾਂ ਇਹ ਮੈਂਸ਼ਨ ਕਰਾਂਗੇ ਕਿ ਮੇਰੀ ਸ਼ਾਮ ਨੂੰ ਗੁੱਡ ਮਾਰਨਿੰਗ ਹੁੰਦੀ ਹੈ। ਬਿਲਕੁਲ, ਜਲੰਧਰ ਦੇ ਵਿੱਚ ਇਸ ਵੇਲੇ ਅਸੀਂ ਬੈਠੇ ਹਾਂ ਅਤੇ ਸ਼ਾਮ ਦਾ ਟਾਈਮ ਆ 5:15 ਹੋ ਚੁੱਕੇ ਨੇ। ਗੁੱਡ ਮਾਰਨਿੰਗ ਇਸ ਵੇਲੇ ਕਿਉਂਕਿ ਇਹਨਾਂ ਦੇ ਜੋ ਦਿਨ ਦੀ ਸ਼ੁਰੂਆਤ ਹੁੰਦੀ ਆ ਉਹ ਸ਼ਾਮ ਦੇ ਵੇਲੇ ਹੁੰਦੀ ਆ, ਫਿਰ ਜਿਹੜੀ ਤਮਾਮ ਰਾਤ ਆ ਇਹ ਕੰਮ ਕਰਦੇ ਨੇ ਆਪਣਾ ਮਿਊਜ਼ਿਕ ਦੇ ਉੱਪਰ। ਅਜੇ ਇਹ ਕਿਉਂ, ਪਹਿਲਾ ਸਵਾਲ ਤਾਂ ਇਹੀ ਹੈਗਾ, ਕਿਉਂਕਿ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰਸ ਦੇ ਨਾਲ ਅਸੀਂ ਇੰਟਰਵਿਊ ਕਰਦੇ ਹਾਂ, ਉਹ ਕਹਿੰਦੇ ਨੇ ਕਿ ਰਾਤ ਦਾ ਜੋ ਸਮਾਂ ਹੈ ਮਿਊਜ਼ਿਕ ਦੇ ਲਈ ਬੈਸਟ ਆ। ਸਤਿੰਦਰ ਸਰਤਾਜ ਹੋਰਾਂ ਦਾ ਵੀ ਇੱਕ ਸ਼ੇਅਰ ਹੈ ਕਿ ਤੀਜਾ ਰਾਤਰੀ ਦਾ ਪਹਿਰ ਮੇਰੀ ਅੱਖ ਖੁੱਲ੍ਹ ਗਈ, ਮੇਰੇ ਖੁਆਬਾਂ ਉੱਤੇ ਤਾਰਿਆਂ ਦੀ ਲੋ ਡੁੱਲ ਗਈ, ਜਦੋਂ ਤੱਕਿਆ ਤਾਂ ਅੱਗੋਂ ਮੁਸਕਾਉਣ ਲੱਗ ਪਏ, ਚੁੱਪ ਚਾਪ ਕਾਇਨਾਤ ਤਾਰੇ ਗਾਉਣ ਲੱਗ ਪਏ। ਸੋ ਜਦੋਂ ਤਾਰੇ ਗਾਉਂਦੇ ਨੇ ਉਦੋਂ ਤੁਹਾਡੀਆਂ ਧੁਨਾਂ ਬਣਦੀਆਂ ਨੇ। ਬਿਲਕੁਲ ਜੀ, ਬਿਲਕੁਲ, ਇਹਦਾ ਹੈ, ਦਿਸ ਇਜ਼ ਫੈਕਟ। ਪਤਾ ਨਹੀਂ ਕਿ ਮੈਂ ਡੇ ਦੇ ਵਿੱਚ ਵੀ ਟਰਾਈ ਕੀਤਾ ਪਹਿਲਾਂ ਕਿ ਕੁਛ ਕ੍ਰੀਏਟ ਕੀਤਾ ਜਾਵੇ। ਜਦੋਂ ਅਸੀਂ ਕੋਈ ਚੀਜ਼ ਕ੍ਰੀਏਟ ਕਰਦੇ ਹਾਂ, ਕੋਈ ਗਾਣਾ ਜਾਂ ਧੁਨ ਜਾਂ ਮਿਊਜ਼ਿਕ ਪੀਸ ਜਾਂ ਸਮਥਿੰਗ ਕੁਛ ਵੀ ਬਣਾਉਂਦੇ ਹਾਂ, ਮੈਨੂੰ ਕੀ ਲੱਗਦਾ ਅੱਜ ਦੀ ਡੇਟ ਦੇ ਵਿੱਚ ਅਸੀਂ ਥੋੜ੍ਹਾ ਡੇਜ਼ ਦੇ ਵਿੱਚ ਬਿਜ਼ੀ ਬਹੁਤ ਹੋ ਗਏ ਹਾਂ। ਟੈਕਨੋਲੋਜੀ ਥੋੜ੍ਹੀ ਵੱਧ ਗਈ ਅੱਗੇ ਅਤੇ ਡਿਸਟਰਬੈਂਸ ਬਹੁਤ ਹੈ, ਜਾਂ ਫੋਨ ਕਾਲਸ ਜਾਂ ਤੁਸੀਂ ਜ਼ਿਆਦਾ ਕੋਈ ਨਾ ਕੋਈ ਰੁਝੇਵੇਂ ਸਾਨੂੰ ਪੈ ਜਾਂਦੇ ਆ, ਉਹਨਾਂ ਕਰਕੇ ਰਾਤ ਦਾ ਟਾਈਮ ਬੈਸਟ ਆ। ਦੂਸਰੀ ਗੱਲ, ਹਾਂ ਮੈਂ ਪਰਸਨਲੀ ਕੀ ਫੀਲ ਕਰਦਾ, ਇੱਦਾਂ ਹੁੰਦਾ ਮੈਂ ਰਾਤ ਨੂੰ ਜਦੋਂ ਕੰਮ ਕਰਦਾ ਕ੍ਰੀਏਟਿਵਿਟੀ ਜ਼ਿਆਦਾ ਹੁੰਦੀ ਹੈ। ਆਈ ਡੋਂਟ ਨੋ ਇਹਦੇ ਪਿੱਛੇ ਰਾਜ਼ ਕੀ ਆ, ਜਿੱਦਾਂ ਹੁਣ ਤੁਸੀਂ ਦੱਸਿਆ ਸਰਤਾਜ ਜੀ ਨੇ ਇਹ ਗੱਲ ਕਹੀ ਹੈ, ਬਿਲਕੁਲ 100% ਸਹੀ ਹੈ ਜੀ ਇਹ ਗੱਲ। ਹਾਂਜੀ, ਇਹ ਤਾਂ ਤੇ ਕੁਛ ਢੀਠ ਲੋਕ ਇੱਦਾਂ ਦੇ ਵੀ ਹੈਗੇ ਨੇ ਵੀ ਜਿਹਨਾਂ ਨੂੰ ਪਤਾ ਹੁੰਦਾ ਵੀ ਰਾਤ ਦੇ ਟਾਈਮ ਜਾਗਦਾ ਹੁੰਦਾ ਤੇ ਫਿਰ ਰਾਤ ਨੂੰ 1-1:30 ਵਜੇ ਕਾਲ ਆਉਂਦੀ ਹੋਵੇ। ਮੈਂ ਢੀਠ ਲੋਕ ਨਹੀਂ ਕਹੂੰਗਾ, ਹਾਂ ਬਟ ਹੈ, ਮੇਰੇ ਦੋਸਤ ਵੀ ਨੇ ਕੁਛ ਬਾਹਰ ਨੇ ਤੇ ਜ਼ਿਆਦਾਤਰ ਵੈਸੇ ਮੇਰੀ ਨਾਈਟ ਦੇ ਵਿੱਚ ਜਿਹੜੇ ਆਪਣੇ ਓਵਰਸੀਜ਼ ਬਾਹਰ ਦੀਆਂ ਕੰਟਰੀਜ਼ ਦੇ ਵਿੱਚ ਜਿਹੜੇ ਆਪਣੇ ਆਰਟਿਸਟ ਨੇ ਉਹਨਾਂ ਨਾਲ ਗੱਲਬਾਤ ਚੱਲਦੀ ਰਹਿੰਦੀ, ਉਹਨਾਂ ਲਈ ਕੰਫਰਟੇਬਲ ਟਾਈਮ ਆ, ਕੈਨੇਡਾ ਇੰਗਲੈਂਡ, ਤੇ ਉਹ ਫਿਰ ਅਸੀਂ ਰਾਤ ਨੂੰ ਟਾਕ ਵੀ ਕਰਦੇ ਰਹਿੰਦੇ, ਨਾਲ ਦੇ ਨਾਲ ਅਸੀਂ ਮਿਊਜ਼ਿਕ ਐਕਸਚੇਂਜ ਕਰਦੇ ਰਹਿੰਦੇ ਹਾਂ ਵਾਇਆ ਈਮੇਲਸ ਜਾਂ ਉਸ ਤਰ੍ਹਾਂ। ਸੋ ਉਹਨਾਂ ਲਈ ਵੀ ਬੈਟਰ ਟਾਈਮ ਹੈ। ਵੈਸੇ ਅੱਜ ਕੱਲ੍ਹ ਕੀ ਹੈ ਕਿ ਤੁਸੀਂ ਦੇਖੋ ਇੰਡਸਟਰੀ ਗਰੋ ਕਰ ਚੁੱਕੀ ਆ, ਚੰਡੀਗੜ੍ਹ ਦੇਖੋ ਕਿੱਡਾ ਹੱਬ ਬਣ ਚੁੱਕਿਆ, ਅਤੇ ਆਲਮੋਸਟ ਲੋਕ 1-2-3 ਵਜੇ ਤੋਂ ਪਹਿਲਾਂ ਤਾਂ ਅੱਜ ਦੀ ਡੇਟ ਦੇ ਵਿੱਚ ਮੇਰੇ ਖਿਆਲ ਨਾਲ ਸੌਂਦੇ ਨਹੀਂ ਹੈ, ਜਿੰਨੇ ਕੁ ਮੇਰੇ ਨਾਲ ਕਨੈਕਟਡ ਨੇ। ਸੋ ਇਹ ਲਾਈਫ ਸਟਾਈਲ ਬਣ ਚੁੱਕਿਆ ਹੋਇਆ। ਹਾਂਜੀ,
ਪਰ ਜੇ ਕਾਮਰਸ ਦੇ ਵਿੱਚ ਤੁਸੀਂ ਗ੍ਰੈਜੂਏਟ ਹੋ ਅਤੇ ਜਦੋਂ ਆਪਾਂ ਤੁਹਾਡੇ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਰੇਡੀਓ ਬੈਕਗਰਾਊਂਡ ਵੀ ਤੁਹਾਡਾ ਰਿਹਾ ਹੋਇਆ ਹੈ ਨਾ, ਸਾਡੇ ਕਰੀਅਰ ਦੀ ਜਿਹੜੀ ਫਾਊਂਡੇਸ਼ਨ ਹੁੰਦੀ ਆ ਜਾਂ ਕਿਤੇ ਨਾ ਕਿਤੇ ਜਿਹੜੇ ਸਾਡੇ ਸ਼ੌਂਕ ਹੁੰਦੇ ਨੇ ਉਹ ਜਿਵੇਂ 3-4 ਸਾਲ ਉਮਰ ਦੇ ਵਿੱਚ ਜਦੋਂ ਆਪਾਂ ਆਪਣਾ ਹੋਸ਼ ਸੰਭਾਲਦੇ ਹਾਂ ਪਹਿਲਾਂ ਸਾਡੇ ਘਰਦਿਆਂ ਨੂੰ ਪਤਾ ਲੱਗਣ ਲੱਗਦਾ ਕਿ ਹੁਣ ਇਹ ਸ਼ਾਇਦ ਇਹਦਾ ਇੰਟਰਸਟ ਇਹ ਹੈ ਅਤੇ ਇਹ ਇਸ ਫੀਲਡ ਦੇ ਵਿੱਚ ਜਾਊਗਾ, ਹੈ ਨਾ। ਤੁਸੀਂ ਰਿਅਲਾਈਜ਼ ਕੀਤਾ ਕਾਲਜ ਟਾਈਮ ਦੇ ਵਿੱਚ ਆ ਕੇ, ਉਦੋਂ ਕਈ ਵਾਰ ਡਿਸੀਜਨ ਲੈਣਾ ਬਹੁਤ ਔਖਾ ਹੋ ਜਾਂਦਾ ਕਿ ਜੋ ਚੀਜ਼ ਨਾਲ ਆਪਾਂ ਪਿੱਛੋਂ ਨਹੀਂ ਜੁੜੇ ਆਏ ਹੈਗੇ ਤਾਂ ਉਹਦੇ ਵਿੱਚ ਆਪਣਾ ਫਿਊਚਰ ਬਣਾਇਆ ਜਾਵੇ, ਇਹ ਇੱਕ ਤੁਹਾਡੇ ਲਈ ਟਫ ਡਿਸੀਜਨ ਨਹੀਂ ਸੀਗਾ? ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਮੇਰੀ ਫਾਊਂਡੇਸ਼ਨ ਜਾਂ ਮੇਰਾ ਬੇਸ ਨਹੀਂ ਬਣਿਆ ਹੋਇਆ ਇਸ ਚੀਜ਼ ਦੇ ਵਿੱਚ, ਤਾਂ ਇਹਦੇ ਵਿੱਚ ਮੈਂ ਆਪਣਾ ਫਿਊਚਰ ਕਿੱਦਾਂ ਕੰਟੀਨਿਊ ਕਰ ਸਕਦਾ? ਯੈਸ, ਬੇਸਿਕਲੀ ਜਦੋਂ ਅਸੀਂ ਇਸ ਏਜ ਦੇ ਵਿੱਚ ਹੁੰਦੇ ਹਾਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਤੁਸੀਂ ਦੱਸਿਆ ਵਾਈਲ ਮੈਂ ਜਦੋਂ ਗ੍ਰੈਜੂਏਸ਼ਨ ਕਰ ਰਿਹਾ ਸੀਗਾ, ਇਸ ਟਾਈਮ ਦੇ ਵਿੱਚ ਅਸੀਂ ਕੀ ਹੁੰਦੇ ਹਾਂ ਥੋੜ੍ਹੇ ਜਿਹੇ ਬੇਬਾਕ ਹੁੰਦੇ ਹਾਂ, ਥੋੜ੍ਹਾ ਸਾਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਕਿਸ ਫੀਲਡ ਦੇ ਵਿੱਚ ਕਿਸ ਫੀਲਡ ਦੇ ਵਿੱਚ ਜਾਣਾ ਆ, ਅਤੇ ਐਨਰਜੀ ਕਾਫੀ ਹੁੰਦੀ ਹੈ, ਐਕਸਾਈਟਮੈਂਟ ਕਾਫੀ ਹੁੰਦੀ ਹੈ। ਅਸੀਂ ਦੇਖਦੇ ਹਾਂ ਜਿੱਦਾਂ ਤੁਸੀਂ ਹੁਣ ਮੇਰੀ ਗੱਲ ਕੀਤੀ ਕਿ ਮੈਂ ਦੇਖਦਾ ਸੀ ਯਾਰ ਇਹ ਸਿੰਗਰਸ ਗਾ ਰਹੇ ਨੇ ਇਹਨਾਂ ਦਾ ਮਿਊਜ਼ਿਕ ਕਿੱਦਾਂ ਬਣਦਾ, ਉਹ ਹੌਲੀ ਹੌਲੀ ਤੁਹਾਡਾ ਇੰਟਰਸਟ 'ਤੇ ਪੈ ਜਾਂਦਾ। ਹਾਂ, ਹੁਣ ਦੂਸਰੀ ਗੱਲ ਆ ਕਿ ਸਾਨੂੰ ਰਸਤਾ ਨਹੀਂ ਮਿਲਦਾ ਕਿ ਯਾਰ ਇਹ ਕਰਨਾ ਕੀ ਹੈ, ਬਿਕੋਜ਼ ਤੁਹਾਡੀ ਫੈਮਿਲੀ ਦੇ ਵਿੱਚ ਬੈਕਗਰਾਊਂਡ 'ਤੇ ਹੈ ਨਹੀਂ ਇੱਦਾਂ ਦਾ। ਹੁਣ ਬਿਗੈਸਟ ਪ੍ਰੋਬਲਮ ਕੀ ਹੈ, ਜਿਹੜੀ ਤੁਹਾਡੀ ਫੈਮਿਲੀ ਆ ਉਹਨਾਂ ਨੂੰ ਤੁਹਾਡੇ ਇਸ ਫੀਲਡ ਦੇ ਬਾਰੇ ਨਹੀਂ ਪਤਾ ਹੈ। ਬਟ ਓਬਵੀਅਸ ਕਿ ਹੁਣ ਕੋਈ ਵੀ ਆ ਫੀਲਡ ਆ, ਚਾਹੇ ਕੋਈ ਡਾਕਟਰ ਬਣਨਾ ਚਾਹ ਰਿਹਾ, ਚਾਹੇ ਕੋਈ ਇੰਜੀਨੀਅਰ ਬਣਨਾ ਚਾਹ ਰਿਹਾ, ਚਾਹੇ ਕੋਈ ਕਿਸੇ ਫੀਲਡ ਦੇ ਵਿੱਚ ਜਾਣਾ ਚਾਹ ਰਿਹਾ, ਹਾਂ ਇਹ ਹੈ ਕਿ ਉਹਨਾਂ ਦੇ ਜੇ ਮਦਰ ਫਾਦਰ ਨੂੰ ਇਸ ਚੀਜ਼ ਦੀ ਨੌਲੇਜ ਹੈ ਉਹ ਕਹਿੰਦੇ ਹਾਂ ਤੂੰ ਇਸ ਨੂੰ ਪ੍ਰੋਸੀਡ ਕਰ ਬਿਕੋਜ਼ ਦਿਸ ਇਜ਼ ਸਿਕਿਉਰਡ ਫੀਲਡ। ਜਦੋਂ ਮੈਂ ਕੀਤਾ ਸੀਗਾ ਉਦੋਂ ਤੱਕ ਇਹ ਨਹੀਂ ਸੀਗਾ ਕਿ ਮਿਊਜ਼ਿਕ ਦੇ ਵਿੱਚ ਕੋਈ ਕੀ ਕਰਦੇ ਆ, ਕਿੱਦਾਂ ਕਰਦੇ ਆ, ਜਾਂ ਇਹ ਸਿਕਿਉਰ ਹੈ ਜਾਂ ਨਹੀਂ ਹੈ। ਮੈਨੂੰ ਯਾਦ ਹੈ ਜਿੱਥੇ ਤੱਕ ਕਿ ਮੇਰੇ ਮਦਰ ਫਾਦਰ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦਾ, ਅਤੇ ਉਹ ਕਹਿੰਦੇ ਕਿ ਇਹਦੇ ਵਿੱਚ ਤੂੰ ਕਰੇਗਾ ਕੀ, ਇਹਦੇ ਵਿੱਚ ਕੀ ਇਹਦਾ ਸਕੋਪ ਕੀ ਹੈ। ਓਬਵੀਅਸ ਹੈ ਕਿ ਅਸੀਂ ਇੱਕ ਮੈਂ ਜਿਸ ਫੈਮਿਲੀ ਤੋਂ ਬਿਲੋਂਗ ਕਰਦਾ ਅਤੇ ਹਰ ਇੱਕ ਮਦਰ ਫਾਦਰ ਜਿਹੜੇ ਨੇ ਉਹ ਇਹ ਬੱਚੇ ਦੇ ਬਾਰੇ ਅਨਸਿਕਿਉਰ ਤਾਂ ਹੁੰਦੇ ਨੇ ਕਿ ਯਾਰ ਕੀ ਕਰੂਗਾ ਕੀ ਕਮਾਊਗਾ, ਸੋ ਉੱਥੇ ਥੋੜ੍ਹੀ ਪ੍ਰੋਬਲਮ ਆਈ। ਬਟ ਹੌਲੀ ਹੌਲੀ ਕਰਕੇ ਜਦੋਂ ਤੁਸੀਂ ਕਰਦੇ ਜਾਂਦੇ ਹੋ ਵਨ ਬਾਈ ਵਨ ਜਿਹੜੇ ਚੈਲੇਂਜਸ ਐਕਸੈਪਟ ਕਰਦੇ ਜਾਂਦੇ ਹੋ, ਗਾਣੇ ਜਿੱਦਾਂ ਜਿੱਦਾਂ ਆਉਂਦੇ ਰਹੇ ਉਹਨਾਂ ਨੂੰ ਪਤਾ ਲੱਗਦਾ ਰਿਹਾ, ਹੌਲੀ ਹੌਲੀ ਕਰਕੇ ਜਿੱਦਾਂ ਸਿੰਗਰਸ ਜਿਹੜੇ ਨੇ ਆਉਂਦੇ ਰਹੇ ਹੁਣ ਕੰਮ ਕਰਦੇ ਹਾਂ ਅਤੇ ਹੁਣ ਕੌਨਫੀਡੈਂਟ ਰਹੇ ਜੀ। ਤੁਹਾਡੀਆਂ ਪੁਰਾਣੀਆਂ ਇੰਟਰਵਿਊਜ਼ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਹੁੰਦੇ ਕਿ ਫਸਟ ਪ੍ਰੋਜੈਕਟ ਜਿਹੜਾ ਸੀਗਾ ਉਹ ਇੱਕ ਫਿਲਮ ਸੀ ਚਮਲੇ ਅੱਠ ਚਮਲੇ, ਹੈ ਨਾ, ਅਤੇ ਉਹ ਰਿਲੀਜ਼ ਨਹੀਂ ਹੋਈ ਹੈਗੀ ਅਨਫੋਰਚੁਨੇਟਲੀ। ਉਦੋਂ ਸੋਰਸਿਸ ਸਾਰੇ ਕਿੱਦਾਂ, ਕਿਉਂਕਿ ਹੁਣ ਤਾਂ ਤੁਹਾਡੇ ਕੋਲ ਵੈਲ ਕਿਊਬਡ ਸਟੂਡੀਓ ਹੈਗਾ, ਹੈ ਨਾ, ਉਦੋਂ ਕਿਵੇਂ ਸ਼ੁਰੂ ਕੀਤਾ ਸੀਗਾ? ਉਦੋਂ ਤਾਂ ਮੇਰੇ ਕੋਲ ਜ਼ਿਆਦਾ ਸੈਟਅਪ ਨਹੀਂ ਸੀਗਾ, ਮੇਰੇ ਕੋਲ ਸਪੀਕਰ ਸੀਗੇ ਜਿੱਦਾਂ ਤੁਸੀਂ ਦੇਖ ਰਹੇ ਹੋ ਸਟੂਡੀਓ ਸਪੀਕਰ ਸੀਗੇ, ਨੋਰਮਲ ਇੱਕ ਕੰਪਿਊਟਰ ਸੀਗਾ ਕਿਉਂਕਿ ਉਦੋਂ ਟਾਈਮ ਚੇਂਜ ਹੋ ਚੁੱਕਿਆ ਸੀਗਾ, ਕੰਪਿਊਟਰ ਦਾ ਜ਼ਮਾਨਾ ਆ ਚੁੱਕਿਆ ਹੋਇਆ ਸੀਗਾ ਅਤੇ ਕੰਪਿਊਟਰ 'ਤੇ ਮਿਊਜ਼ਿਕ ਬਣਨਾ ਸ਼ੁਰੂ ਹੋ ਚੁੱਕਿਆ ਸੀਗਾ ਅਤੇ ਕੰਪਿਊਟਰ ਸੀਗਾ ਮੈਂ ਉੱਤੇ ਬੀਟਸ ਬਣਾਉਂਦਾ ਸੀਗਾ। ਅਤੇ ਉਹ ਕਰਦੇ ਕਰਦੇ ਮੈਨੂੰ ਮੇਰਾ ਇੱਕ ਦੋਸਤ ਮਿਲਿਆ, ਉਹ ਕਹਿੰਦਾ ਕਿ ਇੱਕ ਨਾ ਮੂਵੀ ਦੇ ਲਈ ਗਾਣਾ ਕਰਨਾ ਯਾਰ, ਤੂੰ ਗਾਣਾ ਕਰ ਸਕਦਾ ਫਿਲਮ ਦਾ? ਅਤੇ ਪਹਿਲੀ ਗੱਲ ਤਾਂ ਮੈਂ ਡਰ ਗਿਆ, ਮੈਂ ਕਿਹਾ ਫਿਲਮ ਦਾ ਮਿਊਜ਼ਿਕ ਯਾਰ ਮੈਂ ਫਿਲਮ ਦਾ ਤਾਂ ਮੈਂ ਕਦੇ ਕੀਤਾ ਨਹੀਂ ਆ, ਅਤੇ ਮੇਰੇ ਦਿਮਾਗ ਦੇ ਵਿੱਚ ਉਹ ਫਿਲਮ ਆਈਆਂ ਉਹ ਜਿਹੜੀਆਂ ਆਪਾਂ ਪੁਰਾਣੇ ਟਾਈਮ 'ਤੇ ਦੇਖਦੇ ਆਏ ਹਾਂ। ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਇਸ ਕਿੱਦਾਂ ਕਰਦੇ, ਇਹਨੂੰ ਕਿੱਦਾਂ ਕਰਾਂਗੇ, ਮੈਨੂੰ ਤਾਂ ਗਾਣਿਆਂ ਦਾ ਪਤਾ। ਉਹ ਕਹਿੰਦੇ ਨਹੀਂ ਤੂੰ ਮਿਊਜ਼ਿਕ ਬਣਾ, ਉਸ ਤੋਂ ਬਾਅਦ ਅਸੀਂ ਇੱਕ ਸਿੰਗਰ ਨੂੰ ਇਹਦੇ ਲਈ ਅਪੁਆਇੰਟ ਕਰਾਂਗੇ। ਮੈਂ ਕਿਹਾ ਠੀਕ ਹੈ, ਅਸੀਂ ਇੱਕ ਗਾਣਾ ਰੈਡੀ ਕੀਤਾ ਜੁਗਨੀ, ਸੋ ਉਹ ਉਹਨਾਂ ਨੇ ਸੁਖਵਿੰਦਰ ਜੀ ਨੂੰ ਫੋਰਵਰਡ ਕੀਤਾ ਅਤੇ ਮੇਰੀ ਲਾਈਫ ਦਾ ਮੈਂ ਕਹਿ ਸਕਦੇ ਹਾਂ ਕਿ ਇੱਕ ਚੀਜ਼ ਹੁੰਦੀ ਨਾ, ਬੰਦਾ ਸੋਚਦਾ ਕਿ ਯਾਰ ਤਾਂ ਮੈਂ ਸੁਪਨਾ ਦੇਖ ਰਿਹਾ, ਉਦੋਂ ਮੇਰੇ ਨਾਲ ਉਹ ਚੀਜ਼ ਹੋਈ। ਉਹ ਕਹਿੰਦੇ ਸੁਖਵਿੰਦਰ ਜੀ ਨੇ ਗਾਣਾ ਗਾਣਾ ਤੁਸੀਂ ਬੰਬੇ ਆ ਜਾਓ, ਅਤੇ ਮੈਂ ਡਰ ਗਿਆ, ਮੈਂ ਉਲਟਾ ਡਰ ਗਿਆ ਕਿ ਮੈਂ ਯਾਰ ਸੁਖਵਿੰਦਰ ਜੀ ਨੂੰ ਕਿੱਦਾਂ ਕਰਾਂਗਾ ਰਿਕਾਰਡ। ਫਿਰ ਮੈਨੂੰ ਕਿਸੇ ਬੰਦੇ ਨੇ ਕਹਿ ਦਿੱਤਾ ਕਿ ਯਾਰ ਜਿਹੜੇ ਸੁਖਵਿੰਦਰ ਜੀ ਨੇ ਉਹ ਤਾਂ ਪਹਿਲਾਂ 20 ਗਲਤੀਆਂ ਕੱਢ ਦਿੰਦੇ ਗਾਣੇ ਦੇ ਵਿੱਚ ਫਿਰ ਗਾਣਾ ਰਿਕਾਰਡ ਕਰਦੇ, ਬਟ ਬਾਈ ਗੋਡ ਗ੍ਰੇਸ ਉਹਨਾਂ ਨੂੰ ਗਾਣਾ ਪਸੰਦ ਆਇਆ, ਉਹਨੇ ਬੁਲਾਇਆ ਫਿਰ ਰਿਕਾਰਡ ਕੀਤਾ ਅਤੇ ਹੌਲੀ ਹੌਲੀ ਬਸ ਫਿਰ ਚੱਲਦੇ ਰਹੇ। ਬਟ ਉਹ ਫਿਲਮ ਰਿਲੀਜ਼ ਨਹੀਂ ਹੋਈ, ਆਫਟਰ ਦੈਟ ਫਿਰ ਜੱਟ ਐਂਡ ਜੂਲੀਅਟ ਦਾ ਇੱਕ ਗਾਣਾ ਸੀ ਅੱਖੀਆਂ ਨੂੰ ਅੱਖੀਆਂ ਵਿੱਚ, ਉੱਥੋਂ ਸੁਪਰ ਸਟਾਰਟ ਹੋਇਆ।
ਇਹ ਬੀਟਸ ਕਿਵੇਂ ਬਣਾਉਣੀਆਂ ਸਿੱਖੀਆਂ ਤੁਸੀਂ, ਮਿਊਜ਼ਿਕ ਕ੍ਰੀਏਟ ਕਰਨਾ ਕਿਵੇਂ ਸਿੱਖਿਆ? ਕਿਉਂਕਿ ਪਹਿਲਾਂ ਤਾਂ ਲਾਈਵ ਦਾ ਦੌਰ ਹੁੰਦਾ ਸੀਗਾ, ਸਾਰਾ ਲਾਈਵ ਮਿਊਜ਼ਿਕ ਹੁੰਦਾ ਸੀਗਾ, ਤੇ ਹੁਣ ਸਾਰਾ ਮਕੈਨੀਕਲ ਦਾ ਦੌਰ ਆ ਗਿਆ। ਇਹ ਚੀਜ਼ਾਂ ਫਿਰ ਕਿਵੇਂ ਸਿੱਖੀਆਂ ਤੁਸੀਂ? ਮੇਰਾ ਇੱਕ ਦੋਸਤ ਸੀਗਾ, ਹੁਣ ਕੈਨੇਡਾ ਦੇ ਵਿੱਚ ਹੈ, ਮਿਸਟਰ ਮਨਦੀਪ। ਸੋ ਉਹਨਾਂ ਨੇ ਮੈਨੂੰ ਇੱਕ ਸੋਫਟਵੇਅਰ ਦੇ ਦਿੱਤਾ। ਉਸ ਟਾਈਮ ਸੀਡੀਜ਼ ਆਉਂਦੀਆਂ ਸੀਗੀਆਂ ਸੋਫਟਵੇਅਰ ਦੀਆਂ, ਕਹਿੰਦੇ ਇਹ ਤੂੰ ਨਾ ਸੋਫਟਵੇਅਰ ਟਰਾਈ ਕਰ ਰਹਿੰਦੇ ਅਤੇ ਤੂੰ ਗਾਣੇ ਗੁਣੇ ਬਣਾ ਸਕਦਾ, ਰੀਮਿਕਸ ਕਰ ਸਕਦਾ। ਮੈਂ ਗਾਣੇ ਬਣਾਉਣ ਤੋਂ ਸਟਾਰਟ ਨਹੀਂ ਕੀਤਾ, ਮੈਂ ਰੀਮਿਕਸ ਕਰਦਾ ਸੀਗਾ, ਗਾਣਾ ਲਿਆਉਣ ਦੇ ਬੀਟਸ ਬਣਾਉਣੇ। ਫਿਰ ਮੈਨੂੰ ਮੌਕਾ ਮਿਲਿਆ ਰੇਡੀਓ ਦੇ ਵਿੱਚ ਕੰਮ ਕਰਨ ਦੇ ਲਈ, ਜਲੰਧਰ ਰੇਡੀਓ ਸਟੇਸ਼ਨ। ਉਦੋਂ ਪ੍ਰਾਈਵੇਟ ਚੈਨਲਸ ਆਏ ਸੀਗੇ ਰੇਡੀਓ ਚੈਨਲ, ਅਤੇ ਉਹ ਕਹਿੰਦੇ ਤੂੰ ਇੱਥੇ ਆ, ਅਤੇ ਤੂੰ ਇੱਥੇ ਆ ਕੇ ਥੋੜ੍ਹਾ ਬਹੁਤਾ ਜਿਹੜਾ ਤੂੰ ਕਰਦਾ ਇੱਥੇ ਕਰ ਆ ਕੇ। ਮੈਂ ਕਿਹਾ ਜੀ ਮੈਂ ਤਾਂ ਗਾਣੇ ਕਰਨਾ ਚਾਹੁੰਦਾ। ਉਹ ਕਹਿੰਦੇ ਨਹੀਂ, ਇੱਥੇ ਰੇਡੀਓ ਦੇ ਵਿੱਚ ਜ਼ਿਆਦਾ ਸਕੋਪ ਆ। ਮੈਂ ਕਿਹਾ ਡਨ, ਮੈਂ ਚਲੇ ਗਿਆ। ਉਹਨਾਂ ਨੇ ਕੀ ਕਹਿਣਾ ਕਿ ਤੂੰ ਨਾ ਗਾਣੇ ਰੀਮਿਕਸ ਕਰੀ ਜਾ, ਛੇ ਛੇ ਗਾਣੇ ਰੀਮਿਕਸ ਕਰੀ ਜਾ, ਇੱਕ ਵੀਕ ਦੇ 20-20 ਗਾਣੇ ਕਰੀ ਜਾ। ਸੋ ਮੈਂ ਗਾਣੇ ਰੀਮਿਕਸ ਕਰੀ ਜਾਣੇ, ਅਤੇ ਇੱਕ ਟਾਈਮ 'ਤੇ ਮਿਸਟਰ ਕੁਮਾਰ ਰਾਕੇਸ਼, ਬਾਲੀਵੁੱਡ ਦੇ ਕਾਫੀ ਨਾਮੀ ਲਿਰਿਸਿਸਟ ਨੇ, ਬਹੁਤ ਤੁਸੀਂ ਗਾਣੇ ਸੁਣੇ ਉਹਨਾਂ ਦੇ, ਮਾਂ ਦਾ ਲਾਡਲਾ ਵਿਗੜ ਗਿਆ, ਜ਼ਿੰਦਗੀ ਮੇਂ ਕਭੀ ਕੋਈ ਆਇਆ ਨਾ, ਹੋਰ ਵੀ ਕਾਫੀ ਹਿੱਟ ਗਾਣੇ। ਜਦੋਂ ਉਹ ਮਿਲੇ, ਉਹ ਕਹਿੰਦੇ ਯਾਰ ਇਹ ਤੂੰ ਗਾਣਾ ਅੱਛਾ ਬਣਾਇਆ, ਰੀਮਿਕਸ ਕੀਤਾ, ਤੂੰ ਇਹਨੂੰ ਮਿਊਜ਼ਿਕ ਹੀ ਬਣਾ ਗਾਣੇ ਦਾ। ਅਤੇ ਮੈਂ ਕਿਹਾ ਠੀਕ ਹੈ ਜੀ, ਮੈਨੂੰ ਦਿਓ ਚਾਂਸ, ਮੈਂ ਕਰੂੰਗਾ। ਉਹ ਕਹਿੰਦੇ ਇਹ ਗਾਣਾ ਇਹਨੂੰ ਰੈਡੀ ਕਰ। ਮੈਂ ਗਾਣਾ ਰੈਡੀ ਕੀਤਾ, ਫਿਰ ਮਰ ਜਾਵਾਂ ਗੁੜ ਖਾ ਕੇ ਫਿਲਮ ਆਈ ਸੀਗੀ, ਉਹਦਾ ਟਾਈਟਲ ਟਰੈਕ ਸੀਗਾ, ਉਹ ਕੀਤਾ। ਫਿਰ ਜੱਟ ਐਂਡ ਜੂਲੀਅਟ ਦਾ ਅੱਖੀਆਂ ਨੂੰ ਅੱਖੀਆਂ 'ਚ ਰਹਿਣ ਦੇ, ਫਿਰ ਉੱਥੋਂ ਸਾਡਾ ਸਫ਼ਰ ਸਟਾਰਟ ਹੋ ਗਿਆ ਮੂਵੀਜ਼ ਦਾ। ਸੋ ਇੱਦਾਂ ਸਟਾਰਟ ਹੋਇਆ। ਮੈਂ ਚਾਹੂੰਗੀ ਕਿ ਹੋਰ ਵੀ ਜਿਹਨੇ ਤੁਸੀਂ ਇਸ ਪ੍ਰੋਜੈਕਟ ਹੁਣ ਤੱਕ 2018 ਦਾ ਕਰ ਚੁੱਕੇ ਹੋ, ਕਿਹੜੇ ਕਿਹੜੇ ਫਨਕਾਰਾਂ ਦੇ ਨਾਲ ਕੀਤੇ, ਉਹਨਾਂ ਦਾ ਜ਼ਿਕਰ ਜ਼ਰੂਰ ਕਰ ਦਿਓ ਤੁਸੀਂ। ਸਟਾਰਟ ਤਾਂ ਜੱਟ ਐਂਡ ਜੂਲੀਅਟ ਮੂਵੀ ਤੋਂ, ਜਿਹਦੇ ਵਿੱਚ ਅੱਖੀਆਂ ਨੂੰ ਅੱਖੀਆਂ ਵਿੱਚ ਰਹਿੰਦੇ ਗਾਣਾ ਸੀਗਾ। ਫਿਰ ਮਿਸਟਰ ਮਿਸੀ 420 ਮੂਵੀ ਸੀਗੀ, ਉਹ ਫੁੱਲ ਕੰਪਲੀਟ ਕੀਤੀ ਸੀਗੀ। ਫਿਰ ਜੱਟ ਏਅਰਵੇਜ਼ ਮੂਵੀ ਸੀ, ਫਿਰ ਸਿੰਗਲਸ ਵੀ ਸੀਗੇ, ਜਿੱਦਾਂ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਵੀ ਜ਼ੋਰ ਆਵਾ ਸੀਗਾ, ਦਿਲਜਾਨੀਆਂ, ਆਪਣੇ ਰਣਜੀਤ ਬਾਵਾ ਜੀ ਸੀਗੇ, ਹੋਰ ਇੱਕ, ਹਾਂ ਇੱਕ ਇੱਕਦਮ ਮੈਂ ਬਾਲੀਵੁੱਡ ਪ੍ਰੋਜੈਕਟ ਵੀ ਕੀਤੇ ਸੀ, ਬਟ ਉਹ ਹਜੇ ਪੰਜਾਬ 'ਚ ਸ਼ਾਇਦ, ਪਤਾ ਨਹੀਂ, ਮੈਂ ਆਪਣੇ ਆਪ ਨੂੰ ਪ੍ਰਮੋਟ ਨਹੀਂ ਕੀਤਾ, ਜਾਂ ਮੈਂ ਕਰਦਾ ਨਹੀਂ, ਜਾਂ ਮੈਂ ਡਿਜੀਟਲੀ ਥੋੜ੍ਹਾ ਜਿਹਾ ਪਿੱਛੇ ਰਹਿੰਦਾ, ਕੰਮ ਦੇ ਵਿੱਚ ਰੁੱਝਿਆ ਰਹਿੰਦਾ। ਸੋ ਉਦੋਂ ਮੈਂ ਕੀਤੀ ਸੀ ਬਾਲੀਵੁੱਡ ਮੂਵੀ, ਇੱਕ ਕੀਤੀ ਸੀ ਸੰਤਾ ਬੰਤਾ ਮੂਵੀ ਕੀਤੀ ਸੀ, ਉਹਦੇ ਵਿੱਚ 4 ਗਾਣੇ ਸੀ, ਸੋਨੂ ਨਿਗਮ ਜੀ ਸੀ, ਮਿੱਕਾ ਜੀ ਸੀਗੇ। ਫਿਰ ਮੈਂ ਕੀਤਾ ਸੀਗਾ ਹੀਰੋ ਫਿਲਮ ਦੇ ਵਿੱਚ, ਯਾਦਾਂ ਤੇਰੀਆਂ ਆਉਂਦੀਆਂ, ਹੰਝੂ ਲੈ ਕੇ, ਰਾਹਤ ਫਤਿਹ ਅਲੀ ਖਾਨ ਸਾਹਿਬ ਜੀ। ਸੋ ਇਹ ਥੋੜ੍ਹੇ ਬਹੁਤ ਮੈਂ ਐਕਸਪਲੇਨ ਜਿੰਨੇ ਕੁ ਮੈਨੂੰ ਯਾਦ ਨੇ ਜੀ। ਅੱਜ ਦੇ ਸੱਜਣ ਦੀਪ ਹੋਰਾਂ ਦੇ ਗੀਤ ਭੁੱਲ ਗਿਆ ਸੀਗਾ, ਹਾਂਜੀ ਉਹਦਾ ਜ਼ਿਕਰ ਆਪਾਂ ਕਰ ਸਕਦੇ ਹਾਂ। ਤੁਸੀਂ ਰਾਹਤ ਫਤਿਹ ਅਲੀ ਖਾਨ ਸਾਹਿਬ ਦੂਸਰੀ ਹੀ ਫਿਲਮ ਦੇ ਵਿੱਚ, ਤੁਹਾਨੂੰ ਜਿਹੜਾ ਤੁਹਾਡਾ ਜੱਟ ਐਂਡ ਜੂਲੀਅਟ 2 ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਗਾਣਾ ਉਹਨਾਂ ਦੇ ਨਾਲ ਕਰਨ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਹੀਰੋ ਦੇ ਵਿੱਚ ਵੀ ਤੁਸੀਂ ਉਹਨਾਂ ਦੇ ਨਾਲ ਗੀਤ ਕੀਤਾ, ਹੈ ਨਾ? ਇਹਨਾਂ ਉਸਤਾਦ ਲੋਕਾਂ ਦੇ ਨਾਲ ਕੰਮ ਕਰਨ ਦਾ ਕੀ ਐਕਸਪੀਰੀਅੰਸ ਰਹਿੰਦਾ? ਪਹਿਲੀ ਗੱਲ ਤਾਂ ਹੁੰਦੀ ਹੈ ਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਮਤਲਬ ਇਨੀਸ਼ੀਅਲ ਸਟੇਜ 'ਤੇ ਉਹਨਾਂ ਲੋਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ, ਹੈ ਨਾ, ਜਿਨ੍ਹਾਂ ਨੇ ਇੱਕ ਉਮਰ ਦਹਾਕੇ ਹੰਢਾਏ ਹੁੰਦੇ ਨੇ ਇਸ ਇੰਡਸਟਰੀ ਦੇ ਵਿੱਚ, ਅਤੇ ਉਹਨਾਂ ਦੇ ਨਾਲ ਕੰਮ ਕਰਨ ਦਾ ਕੀ ਐਕਸਪੀਰੀਅੰਸ ਰਹਿੰਦਾ? ਕਈ ਵਾਰ ਸਾਡੇ ਮਨ ਦੇ ਵਿੱਚ ਉਹ ਬਣਿਆ ਹੁੰਦਾ ਕਿ ਇਹ ਤਾਂ ਉਸਤਾਦ ਲੋਕ ਨੇ ਕੰਮ ਕਰਨਗੇ ਜਾਂ ਨਹੀਂ ਕਰਨਗੇ, ਜਾਂ ਆਪਾਂ ਇਹਨਾਂ ਸਾਹਮਣੇ ਖੜੇ ਹੋ ਸਕਾਂਗੇ ਜਾਂ ਨਹੀਂ। ਬਿਲਕੁਲ ਸਹੀ ਗੱਲ ਕਹੀ ਤੁਸੀਂ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ, ਆਪਾਂ ਮੈਂ ਪ੍ਰੀਵੀਅਸ ਜਦੋਂ ਮੇਰਾ ਪਹਿਲਾ ਗਾਣਾ, ਇੱਕ ਸਭ ਨਾਲ ਸਟਾਰਟਿੰਗ ਦਾ ਇੱਕ ਗਾਣਾ ਸੀਗਾ ਸੁਖਿੰਦਰ ਜੀ ਦੇ ਨਾਲ, ਮੈਂ ਉਹਨਾਂ ਨੇ ਬੰਬੇ ਬੁਲਾ ਲਿਆ, ਕਹਿੰਦੇ ਆ ਜਾਓ ਤੁਸੀਂ ਇੱਥੇ ਕੰਮ ਕਰਦੇ ਹਾਂ। ਸੋ ਉਹਨਾਂ ਦਾ ਨਾ ਸਟੂਡੀਓ ਸੀਗਾ, ਨਾਲ ਹੀ ਜਿਮ ਸੀ, ਨਾਲ ਹੀ ਸਟੂਡੀਓ ਸੀ, ਅਤੇ ਉਹ ਕਹਿੰਦੇ ਬੈਠ ਜਾ ਨਾਲ। ਉਹ ਬਹਿ ਕੇ ਗਾਣੇ 'ਚ ਵੜ ਗਏ ਅਤੇ ਕਰਦੇ ਰਹੇ, ਮਿਊਜ਼ਿਕ ਕਰਦੇ ਰਹੇ। ਇੱਕ ਟਾਈਮ ਇੱਦਾਂ ਦਾ ਆਇਆ, ਮੈਨੂੰ ਇੱਦਾਂ ਲੱਗਾ ਅਸੀਂ ਇਕੱਠੇ ਹਾਂ, ਅਸੀਂ ਨਾਲ ਹਾਂ, ਹੈ ਨਾ। ਉਹਨਾਂ ਨੇ ਮੈਨੂੰ ਰਿਲਾਈਜ਼ ਹੀ ਨਹੀਂ ਹੋਣ ਦਿੱਤਾ ਕਿ ਤੂੰ ਨਵਾਂ ਆ ਜਾਂ ਕੀ ਆ। ਉਹ ਮੈਨੂੰ ਕਹਿ ਰਹੇ ਕਿ ਹਾਂ ਇੱਥੇ ਇੱਧਰ ਰਹੇਗਾ, ਇੱਥੇ ਇੱਧਰ ਰਹੇਗਾ। ਹਾਂ ਇੱਕ ਟਾਈਮ 'ਤੇ ਅਸੀਂ ਇਕੱਠੇ ਹੀ ਉਸ ਗਾਣੇ ਦੇ ਵਿੱਚ ਵੜ ਗਏ। ਮੈਂ ਕੀ ਫੀਲ ਕੀਤਾ, ਉਹਨਾਂ ਨੇ ਮੈਨੂੰ ਇਹ ਫੀਲ ਕਰਵਾਇਆ ਕਿ ਯਾਰ ਕੋਈ ਬਾਉਂਡਰੀ ਨਹੀਂ ਰਹਿਣੀ ਚਾਹੀਦੀ, ਕੰਫਰਟੇਬਲ ਹੋਇਆ। ਜਿੰਨਾ ਜ਼ਿਆਦਾ ਕੰਫਰਟੇਬਲ ਹੋਇਆ ਉਨਾ ਜ਼ਿਆਦਾ ਵਧੀਆ ਕੰਮ ਹੋਇਆ। ਸੈਕਿੰਡ ਮੇਰਾ ਐਕਸਪੀਰੀਅੰਸ ਰਿਹਾ ਸੋਨੂ ਨਿਗਮ ਜੀ ਦੇ ਨਾਲ, ਅਤੇ ਇੱਕ ਗਾਣਾ ਕੀਤਾ ਸੀਗਾ ਯੂ ਆਰ ਸੋ ਹਸੀਨ,
ਇਹ ਜੱਟ ਏਅਰਵੇਜ਼ ਮੂਵੀ ਸੀਗੀ, ਸੋ ਉਹਦੇ ਵਿੱਚ ਸੀ ਅਤੇ ਸੋਨੂ ਨਿਗਮ ਜੀ ਨਾਲ ਜਦੋਂ ਮੈਂ ਕੰਮ ਕੀਤਾ ਉਹਨਾਂ ਨੇ ਫਿਰ ਦੱਸਿਆ ਕਿ ਹਾਂ ਇਸਕੋ ਐਸੇ ਕਰਤੇ ਹੈ, ਯੇ ਕਰਤੇ ਹੈ, ਫਿਰ ਆਪਣੇ ਮਿਊਜ਼ਿਕ ਦੇ ਬਾਰੇ ਗੱਲਾਂ ਕੀਤੀਆਂ ਸੀ, ਰਿਕਾਰਡਿੰਗ ਤੋਂ ਪਹਿਲਾਂ ਇੱਕ ਘੰਟਾ ਗੱਲ ਕਰਨੀ, ਉਹਨਾਂ ਤੋਂ ਸਿੱਖਣ ਨੂੰ ਮਿਲਿਆ, ਪਹਿਲਾਂ ਉਹ ਕੰਫਰਟੇਬਲ ਬਹੁਤ ਕਰਦੇ ਸਾਨੂੰ, ਜਿੰਨਾ ਜ਼ਿਆਦਾ ਕੰਫਰਟੇਬਲ ਕਰਦੇ ਉਹਨਾਂ ਜ਼ਿਆਦਾ ਅਸੀਂ ਕੰਮ ਕਰ ਸਕਦੇ ਹਾਂ। ਅੱਛਾ, ਜੇ ਕਿਤੇ ਸਾਡੀ ਗਲਤੀ ਵੀ ਆ ਅਤੇ ਉਹਨਾਂ ਨੇ ਤੁਹਾਨੂੰ ਇੱਦਾਂ ਨਹੀਂ ਫੀਲ ਹੋਣ ਦਿੱਤਾ ਕਿ ਹੋਣ ਦੇਣਾ ਕਿ ਤੁਸੀਂ ਗਲਤ ਹੋ, ਬਟ ਉਹਨਾਂ ਨੇ ਤੁਹਾਨੂੰ ਕਰੈਕਟ ਕਰ ਦੇਣਾ ਤਾਂ ਕਿ ਗਾਣਾ ਅੱਛਾ ਕੀਤਾ ਜਾ ਸਕੇ। ਸੋ ਲੇਟੈਸਟ ਵੀ ਮੇਰਾ ਜਿਹੜਾ ਰਾਹਤ ਫਤਿਹ ਅਲੀ ਖਾਨ ਸਾਹਿਬ ਨਾਲ ਗਿਆ, ਬਹੁਤ ਫਲੋਲੈਸ ਗਿਆ, ਬਹੁਤ ਵਧੀਆ ਰਿਹਾ, ਟੈਲੀਫੋਨਿਕ ਗੱਲ ਵੀ ਹੋਈ ਉਹਨਾਂ ਨਾਲ। ਸੋ ਮੈਂ ਬਹੁਤ ਜ਼ਿਆਦਾ ਕੰਫਰਟੇਬਲ ਫੀਲ ਕਰਦਾ ਜਿਹੜੇ ਬੰਦੇ ਤੁਸੀਂ ਕਹਿ ਰਹੇ ਹੋ ਕਿ ਉਸਤਾਦ ਲੋਕ ਨੇ ਜਾਂ ਸਿੱਖੇ ਨੇ, ਅਤੇ ਉਹਨਾਂ ਤੋਂ ਮੈਨੂੰ ਸਿੱਖਣ ਵੀ ਬਹੁਤ ਜ਼ਿਆਦਾ ਮਿਲਦਾ ਅਤੇ ਕੰਮ ਕਰਨ ਦਾ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ। ਜਿਵੇਂ ਕਹਿੰਦੇ ਹੁੰਦੇ ਨੇ ਕਿ ਗੱਲ ਨੂੰ ਕਹਿਣ ਦੇ ਵੀ ਦੋ ਤਰੀਕੇ ਹੁੰਦੇ ਨੇਗੇ, ਹੈ ਨਾ, ਅਤੇ ਇੱਕ ਹੁੰਦਾ ਕਿ ਉਹ ਗੱਲ ਉਸ ਤਰੀਕੇ ਨਾਲ ਕਹੀ ਜਾਂਦੀ ਹੈ ਕਿ ਤੁਹਾਨੂੰ ਕੰਫਰਟ ਕਰਕੇ ਤੁਹਾਨੂੰ ਦੱਸਿਆ ਵੀ ਜਾਂਦਾ ਅਤੇ ਤੁਹਾਨੂੰ ਉਸ ਚੀਜ਼ ਦਾ ਮਾਇੰਡ ਵੀ ਨਹੀਂ ਹੁੰਦਾ ਕਿ ਇਹਨੇ ਮੈਨੂੰ ਇਹ ਚੀਜ਼ ਕਿਉਂ ਕਹਿ ਦਿੱਤੀ, ਹੈ ਨਾ। ਇੱਕ ਚੀਜ਼ ਹੁੰਦੀ ਹੈ ਦਖਲ ਅੰਦਾਜ਼ੀ, ਉਹਦੇ ਵਿੱਚ ਹੁੰਦਾ ਕਿ ਜਦੋਂ ਅਸੀਂ ਐਕਟਰਸ ਦੇ ਨਾਲ ਵੀ ਗੱਲ ਕਰਦੇ ਹਾਂ ਜਾਂ ਫਿਲਮ ਡਾਇਰੈਕਟਰਸ ਦੇ ਨਾਲ ਅਸੀਂ ਗੱਲ ਕਰਦੇ ਹਾਂ, ਡਾਇਰੈਕਟਰ ਕਹਿੰਦਾ ਜੀ ਫਲਾਣੀ ਫਿਲਮ ਦਾ ਰਿਜ਼ਲਟ ਤਾਂ ਨਹੀਂ ਵਧਿਆ, ਕਿਉਂਕਿ ਇੰਟਰਫੇਰੈਂਸ ਬਹੁਤ ਸੀਗੀ, ਭਾਵੇਂ ਉਹ ਪ੍ਰੋਡਿਊਸਰ ਦੀ ਹੋਵੇ ਭਾਵੇਂ ਉਹ ਲੀਡ ਐਕਟਰ ਦੀ ਹੋਵੇ, ਹੈ ਨਾ। ਅਤੇ ਮਿਊਜ਼ਿਕ ਡਾਇਰੈਕਸ਼ਨ ਦੇ ਵਿੱਚ ਵੀ ਇੰਟਰਫੇਰੈਂਸ ਰਹਿੰਦੀ ਹੈ ਜਾਂ ਤੁਹਾਨੂੰ ਕ੍ਰੀਏਟਿਵ ਫਰੀਡਮ ਹੁੰਦੀ ਹੈ? ਯੈਸ, ਇਹ ਥੋੜ੍ਹਾ ਕੰਟਰੋਵਰਸ਼ੀਅਲ ਹੈ ਬਟ ਠੀਕ ਹੈ, ਆਪਾਂ ਇਹਦੇ 'ਤੇ ਗੱਲ ਕਰਾਂਗੇ, ਕਰਨੀ ਵੀ ਜ਼ਰੂਰੀ ਹੈ। ਇਹ ਹੁੰਦਾ ਇੱਦਾਂ ਹੁੰਦਾ ਅੱਜ ਦੀ ਡੇਟ ਵਿੱਚ ਇੱਦਾਂ ਹੁੰਦਾ ਕਿ ਮੈਨੂੰ ਕੀ ਲੱਗਦਾ, ਮੈਂ ਕਿਸੇ ਨੂੰ ਪਰਟੀਕੁਲਰ ਪੁਆਇੰਟ ਆਊਟ ਨਹੀਂ ਕਰੂੰਗਾ, ਬਟ ਨਿਊ ਜਨਰੇਸ਼ਨ 'ਚ ਇਹ ਪ੍ਰੋਬਲਮ ਆ ਰਹੀ ਹੈ। ਹੁਣ ਪ੍ਰੋਬਲਮ ਕੀ ਆ ਰਹੀ ਹੈ, ਦੇਖੋ ਜੇ ਤੁਸੀਂ ਖਾਸ ਕਰ ਆਪਣੀ ਪੰਜਾਬੀ ਇੰਡਸਟਰੀ ਦੀ ਗੱਲ ਕਰ ਰਹੇ ਹਾਂ, ਮੈਂ ਪੰਜਾਬੀ ਇੰਡਸਟਰੀ ਦੀ ਗੱਲ ਕਰ ਰਿਹਾ ਜੀ, ਹੁਣ ਅਸੀਂ ਡਾਕਟਰ ਕੋਲ ਜਾਵਾਂਗੇ, ਅਸੀਂ ਡਾਕਟਰ ਨੂੰ ਨਹੀਂ ਦੱਸਾਂਗੇ ਕਿ ਮੈਨੂੰ ਇਹ ਪ੍ਰੋਬਲਮ ਹੈ ਅਤੇ ਆਹਲੀ ਮੈਡੀਸਿਨ ਜਿਹੜੀ ਤੂੰ ਪ੍ਰਿਸਕ੍ਰਾਈਬ ਕਰ, ਕਿ ਉਹ ਤਾਂ ਡਾਕਟਰ ਦੱਸੇਗਾ। ਹੁਣ ਇੱਥੇ ਪ੍ਰੋਬਲਮ ਕੀ ਆ ਰਹੀ, ਡਾਕਟਰ ਨੂੰ ਦੱਸਿਆ ਜਾ ਰਿਹਾ ਕਿ ਤੂੰ ਇਹ ਕਰਨਾ ਹੈ। ਹੁਣ ਦੋ ਚੀਜ਼ਾਂ ਹੈ, ਦੋ ਆਸਪੈਕਟਸ ਨੇ, ਜੇ ਤੁਸੀਂ ਕਿਸੇ ਮੂਵੀ ਦਾ ਮਿਊਜ਼ਿਕ ਕਰ ਰਹੇ ਹੋ ਜਾਂ ਤੁਸੀਂ ਕਿਸੇ ਆਰਟਿਸਟ ਨੂੰ ਰਿਕਾਰਡ ਕਰ ਰਹੇ ਹੋ ਜਾਂ ਕਿਸੇ ਲਿਰਿਸਿਸਟ ਤੋਂ ਤੁਸੀਂ ਲਿਰਿਕਸ ਲੈ ਰਹੇ ਹੋ, ਦੈਨ ਕਮਾਂਡ ਉਹਦੇ ਹੱਥ ਛੱਡ ਦਿਓ ਕਿ ਜੇ ਤੂੰ ਲਿਰਿਸਿਸਟ ਹੈ ਤੂੰ ਆਪਣਾ ਕੰਮ ਕਰ ਯਾਰ, ਮੈਨੂੰ ਇੱਦਾਂ ਦਾ ਕੋਈ ਚੀਜ਼ ਤੂੰ ਲਿਖ ਦੇ। ਜੇ ਤੂੰ ਫਿਲਮ ਡਾਇਰੈਕਟਰ ਹੈ ਤੂੰ ਆਪਣੇ ਫੋਕਸ ਆਪਣੇ ਕਰਕੇ ਤੂੰ ਆਪਣੇ ਹਿਸਾਬ ਨਾਲ ਡਾਇਰੈਕਸ਼ਨ ਕਰ। ਮਿਊਜ਼ਿਕ ਡਾਇਰੈਕਟਰ ਦਾ ਵੀ ਇੱਦਾਂ ਹੀ ਹੈ, ਬਟ ਇਹ ਚੀਜ਼ ਨਹੀਂ ਰਹੀ। ਹੁਣ ਅਸੀਂ ਕਿਤੇ ਨਾ ਕਿਤੇ ਓਪਰੇਟਰ ਬਣ ਜਾਂਦੇ ਹਾਂ, ਕੰਪਿਊਟਰ ਓਪਰੇਟਰ। ਹੁਣ ਉੱਥੇ ਕੀ ਹੈ ਕਿ ਤੁਹਾਨੂੰ ਗਾਈਡ ਕੀਤਾ ਜਾਏਗਾ ਕਿ ਨਹੀਂ ਤੂੰ ਇੱਦਾਂ ਕਰ। ਅੱਛਾ, ਨਿਊ ਕਮਰਸ ਨਾਲ ਇੱਦਾਂ ਹੁੰਦਾ, ਹੁਣ ਆਪਣੇ ਸੀਨੀਅਰਸ ਨੇ ਕਹੀ, ਹੁਣ ਮੈਂ ਐਗਜ਼ਾਮਪਲ ਦਊਂਗਾ ਗਿੱਪੀ ਗਰੇਵਾਲ ਭਾਅ ਜੀ ਨੇ, ਹੁਣ ਉਹਨਾਂ ਨੇ ਮੈਨੂੰ ਕਦੀ ਵੀ ਨਹੀਂ ਕਹਿਣਾ, ਉਹਨਾਂ ਨੇ ਕਹਿਣਾ ਕਿ ਅਸੀਂ ਤੂੰ ਬਸ ਕਰ ਦੇ। ਜਿਨ੍ਹਾਂ ਦੇ ਵਿੱਚ ਮੇਰੇ ਕੋਲ ਕਦੀ ਕਦੀ ਗਾਣੇ ਆੜ ਹੀ ਜਾਂਦੇ ਆ, ਬਣਦੇ ਨਹੀਂ ਹੈ, ਉਹ ਆਪਣੀ ਡਾਇਰੈਕਸ਼ਨ ਚ ਰਹਿੰਦੇ ਆ ਕਿ ਯਾਰ ਏਦਾਂ ਕਰਨਾ ਏਦਾਂ ਕਰਨਾ, ਮੈਂ ਆਪਣੀ ਥਿਊਰੀ ਤੇ ਰਹਿਣਾ ਤੇ ਉਹ ਗਾਣਾ ਖਰਾਬ ਹੋ ਜਾਂਦਾ। ਮੋਸਟਲੀ ਏਦਾਂ ਹੁੰਦਾ, ਸ਼ਾਇਦ ਬਾਕੀ ਨਾਲ ਵੀ ਏਦਾਂ ਹੁੰਦਾ ਹੋਏਗਾ, ਮੇਰੇ ਹੁੰਦਾ। ਕ੍ਰੀਏਟੀਵਿਟੀ ਇਫੈਕਟ ਜ਼ਰੂਰ ਹੁੰਦੀ ਹੈ ਉਸ ਚੀਜ਼ ਦੇ ਨਾਲ, ਡੈਫੀਨਿਟਲੀ ਹੁੰਦੀ ਹੈ। ਭਾਜੀ, ਇੱਕ ਜੇ ਆਪਾਂ ਟੈਕਨੀਕਲ ਟਰਮਸ ਦੇ ਵਿੱਚ ਜਾ ਕੇ ਗੱਲ ਕਰੀਏ, ਹੁਣ ਮੈਂ ਵੀ ਹਾਂ, ਜੇ ਮੈਂ ਵੀ ਕੋਈ ਗਾਣਾ ਸੁਣਿਆ ਮੈਂ ਕਹੂੰਗੀ ਕਿ ਗਾਣਾ ਬੜਾ ਸੋਹਣਾ ਸੀ, ਕੰਪੋਜੀਸ਼ਨ ਬੜੀ ਕਮਾਲ ਦੀ ਸੀਗੀ, ਹੈ ਨਾ। ਅਤੇ ਪਰ ਜਦੋਂ ਆਪਾਂ ਕਈ ਵਾਰ ਡਿਸਕ੍ਰਿਪਸ਼ਨ ਯੂਟਿਊਬ ਦੇ ਉੱਪਰ ਜਾ ਕੇ ਪੜ੍ਹਦੇ ਹਾਂ ਤਾਂ ਉੱਥੇ ਮਿਊਜ਼ਿਕ ਡਾਇਰੈਕਟਰ ਦਾ ਨਾਮ ਅਲੱਗ ਹੁੰਦਾ, ਕੰਪੋਜ਼ਰ ਦਾ ਨਾਮ ਅਲੱਗ ਹੁੰਦਾ, ਜਾਂ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਰਾਈਮ ਬੜੀ ਸੋਹਣੀ ਸੀਗੀ, ਹੈ ਨਾ, ਗਾਣੇ ਦੀ। ਸੋ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਕੀ ਫਰਕ ਹੁੰਦਾ, ਅਗਰ ਕੰਪੋਜ਼ਰ ਅਲੱਗ ਹੈ ਤਾਂ ਮਿਊਜ਼ਿਕ ਡਾਇਰੈਕਟਰ ਕੀ ਕਰ ਰਿਹਾ ਉਸ ਪ੍ਰੋਜੈਕਟ ਦੇ ਵਿੱਚ? ਪਹਿਲੇ ਤਾਂ ਮੈਂ ਇਹ ਗੱਲ ਮੈਂਸ਼ਨ ਕਰਨਾ ਚਾਹੂੰਗਾ ਕਿ ਇਹ ਤਿੰਨੇ ਜਿਹੜੇ ਡੈਜ਼ਿਗਨੇਸ਼ਨ ਨੇ ਅਲੱਗ ਅਲੱਗ ਨੇ, ਜਿਹੜਾ ਮਿਊਜ਼ਿਕ ਡਾਇਰੈਕਟਰ ਹੈ ਅਲੱਗ ਚੀਜ਼ ਹੈ, ਕੰਪੋਜ਼ਰ ਅਲੱਗ ਚੀਜ਼ ਹੈ, ਅਰੇਂਜਰ ਅਲੱਗ ਚੀਜ਼ ਹੈ, ਮਿਕਸਿੰਗ ਮਾਸਟਰਿੰਗ ਇੰਜੀਨੀਅਰ ਜਿਹੜਾ ਉਹ ਅਲੱਗ ਹੈ। ਸੋ ਇਹ ਤਿੰਨੇ ਚੀਜ਼ਾਂ, ਡਾਇਰੈਕਸ਼ਨ ਦਾ ਕੰਮ ਕੀ ਹੈ ਜਿਹੜਾ ਕਹਿੰਦੇ ਵਰਡ ਦੇ ਵਿੱਚ ਹੀ ਐਕਸਪਲੇਨਡ ਹੈ, ਡਾਇਰੈਕਟ ਕਰਨਾ ਕਿ ਕੰਮ ਨੂੰ ਕਿੱਦਾਂ ਕੀਤਾ ਜਾਏਗਾ, ਇਹ ਸਪੋਜ਼ ਇਹ ਚੀਜ਼ ਇੱਥੇ ਪਈ ਹੈ ਕਿੱਦਾਂ ਰੱਖੀ ਜਾਏਗੀ, ਕਿਸ ਡਾਇਰੈਕਸ਼ਨ 'ਚ ਰੱਖੀ ਜਾਏਗੀ, ਡਾਇਰੈਕਟ ਕੀਤਾ ਜਾਂਦਾ ਹੈ ਕਿ ਇਹ ਚੀਜ਼ ਇੱਥੇ ਆਏਗੀ, ਇੰਨਾ ਸੈਕਸ਼ਨ ਇੱਥੇ ਆਏਗਾ, ਇਹ ਰਿਦਮ ਰਹੇਗਾ, ਇਹ ਰਹੇਗਾ, ਇੱਦਾਂ ਰਹੇਗਾ।
ਸੋ ਸੈਕਿੰਡ ਪਾਰਟ ਜਿਹੜਾ ਤੁਸੀਂ ਕਿਹਾ ਕੰਪੋਜ਼ਰ ਦਾ ਜਿਹੜਾ ਟਿਊਨ ਰੈਡੀ ਕਰਦੇ, ਸਮਟਾਈਮਸ ਮਿਊਜ਼ਿਕ ਡਾਇਰੈਕਟਰ ਟਿਊਨ ਬਣਾ ਲੈਂਦੇ ਨੇ, ਸਮਟਾਈਮਸ ਸਟੂਡੀਓ ਸੈਸ਼ਨ ਕਰਦੇ ਹੋਏ ਮਿਊਜ਼ਿਕ ਡਾਇਰੈਕਟਰ ਸਿੰਗਰ ਦੇ ਨਾਲ ਟਿਊਨ ਬਣਾਉਂਦੇ ਨੇ, ਜ਼ਿਆਦਾਤਰ ਕੇਸਿਸ ਦੇ ਵਿੱਚ ਕੀ ਹੁੰਦਾ ਅੱਜ ਕੱਲ੍ਹ ਜਿਹੜੇ ਆਪਣੇ ਲਿਰਿਸਿਸਟ ਨੇ ਬੜੇ ਕ੍ਰੀਏਟਿਵ ਲਿਰਿਸਿਸਟ ਨੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਕਾਫੀ ਨਾਮੀ ਬੰਦੇ ਨੇ, ਹੈਪੀ ਰਾਏ ਕੋਟੀ ਜੀ ਆ, ਹੋਰ ਨੇ ਇਹ ਕੰਪੋਜੀਸ਼ਨ ਇਹਨਾਂ ਦਿਮਾਗ ਦੇ ਵਿੱਚ ਤੁਹਾਨੂੰ ਆ ਜਾਂਦੀ ਹੈ ਜਦੋਂ ਤੁਸੀਂ ਗਾਣਾ ਲਿਖਣ ਲੱਗਦੇ, ਧੁਨ ਪਹਿਲਾਂ ਹੀ ਆ ਚੁੱਕੀ ਹੁੰਦੀ ਹੈ, ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਉਸ ਚੀਜ਼ ਨੂੰ ਛੇੜ ਦੇਣੀ ਆ। ਅੱਛਾ, ਉੱਥੇ ਆਪਣਾ ਆਪਾਂ ਆਪਣੀ ਈਗੋ ਨਹੀਂ ਦਿਖਾ ਸਕਦੇ ਕਿ ਨਹੀਂ ਯਾਰ ਇਸ ਚੀਜ਼ ਨੂੰ ਇੱਦਾਂ ਕਰ ਯਾਰ ਆਪਾਂ ਮਿਊਜ਼ਿਕ ਕੰਪੋਜ਼ਰ ਹਾਂ, ਜਾਂ ਜੇ ਚੀਜ਼ ਆਲਰੇਡੀ ਵਧੀਆ ਹੈ ਕਿਉਂਕਿ ਉਹ ਤਾਂ ਕਹਿ ਲਓ ਨਾ ਰੱਬ ਦੀ ਦਿੱਤੀ ਹੋਈ ਚੀਜ਼, ਸਮਟਾਈਮ ਤੁਹਾਡੇ ਕੋਈ ਆਈਡੀਆ ਆ ਜਾਂਦਾ, ਤੁਹਾਨੂੰ ਕੋਈ ਆਮਦ ਹੋ ਗਈ, ਸੋ ਉਹਨੂੰ ਉੱਦਾਂ ਹੀ ਅਸੀਂ ਫਿਰ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ। ਸੋ ਕੰਪੋਜ਼ਰ ਅਲੱਗ ਚੀਜ਼ ਹੋ ਜਾਂਦੀ ਹੈ, ਮਿਊਜ਼ਿਕ ਡਾਇਰੈਕਟਰ ਅਲੱਗ ਚੀਜ਼ ਹੁੰਦੀ ਹੈ, ਫਿਰ ਇੱਕ ਅਰੇਂਜਰ ਵੀ ਹੈ। ਅੱਛਾ, ਅਰੇਂਜਰ ਬਾਰੇ ਮੈਂ ਐਕਸਪਲੇਨ ਕਰਨਾ ਚਾਹੂੰਗਾ ਥੋੜ੍ਹਾ। ਅਰੇਂਜਰ ਕੀ ਕਰਦੇ ਨੇ, ਜਿਹੜਾ ਤੁਹਾਡਾ ਮਿਊਜ਼ਿਕ ਅਰੇਂਜ ਕਰਦੇ ਨੇ। ਹੁਣ ਪੰਜਾਬ 'ਚ ਇੱਕ ਬੜੀ ਬਿਗੈਸਟ ਕਨਫਿਊਜ਼ਨ ਹੈ ਕਿ ਅਰੇਂਜਰ ਮਿਊਜ਼ਿਕ ਡਾਇਰੈਕਟਰ ਹੈ ਜਾਂ ਮਿਊਜ਼ਿਕ ਡਾਇਰੈਕਟਰ ਅਰੇਂਜਰ ਹੈ, ਇਹ ਬਿਗੈਸਟ ਕਨਫਿਊਜ਼ਨ ਹੈ। ਮਿਊਜ਼ਿਕ ਡਾਇਰੈਕਟਰ ਨੇ ਇਹ ਦੱਸਣਾ ਹੈ ਕਿ ਕਿਹੜੀ ਚੀਜ਼ ਕਿੱਦਾਂ ਆਏਗੀ, ਕਿਸ ਵੇ ਦੇ ਵਿੱਚ ਆਏਗੀ, ਕਿੱਥੇ ਕਿਹੜੀ ਟਿਊਨ ਆਏਗੀ। ਅਰੇਂਜਰ ਨੇ ਉਹਨੂੰ ਅਰੇਂਜ ਕਰਨਾ ਜਸਟ। ਸਪੋਜ਼ ਮੈਂ ਕਹਿੰਦਾ ਕਿ ਯਾਰ ਮੇਰੇ ਲਈ ਤੂੰ ਨਾ ਇੱਥੇ ਗਿਟਾਰ ਪਲੇ ਹੋਣਾ ਚਾਹੀਦਾ, ਔਰ ਅਰੇਂਜਰ ਨੇ ਅਰੇਂਜ ਕਰਨਾ ਕਿ ਗਿਟਾਰ ਕਿਹੜੇ ਕੋਡ 'ਤੇ ਕਿੱਦਾਂ ਪਲੇ ਕਰਨਾ, ਉਹਨੂੰ ਮਿਊਜ਼ਿਕ ਡਾਇਰੈਕਟਰ ਦੱਸ ਦੇਗਾ ਕਿ ਮੈਨੂੰ ਇਹ ਵਾਲੇ ਕੋਡਸ ਚਾਹੀਏ ਜਾਂ ਇਹ ਵਾਲੀ ਟਿਊਨ ਯਹਾਂ ਪੇ ਚਾਹੀਏ, ਅਤੇ ਉਹ ਅਰੇਂਜਰ ਉਹਨੂੰ ਅਰੇਂਜ ਕਰਦਾ ਹੈ। ਸੋ ਇਹ ਨਵੀਂ ਇੱਕ ਫੋਰਮ ਅਰੇਂਜਰ ਆ ਚੁੱਕੀ ਹੋਈ ਹੈ। ਸੋ ਲੋਕ ਕੀ ਕਰਦੇ ਆ, ਜਿਹੜੇ ਆ ਆਪਾਂ ਪ੍ਰੀਵੀਅਸ ਪਿੱਛੇ ਜਾਈਏ ਥੋੜ੍ਹਾ ਜਿਹਾ ਫਿਲਮ ਮਿਊਜ਼ਿਕ ਦੇ ਵਿੱਚ ਜਾਈਏ, ਅਰੇਂਜਰ ਇੱਕ ਬਹੁਤ ਵੱਡਾ ਡੈਜ਼ਿਗਨੇਸ਼ਨ ਵੀ ਸੀਗਾ। ਹਾਂ, ਥੋੜ੍ਹਾ ਲੈਂਥੀ ਚਲੇ ਜਾਣਾ, ਆਪਾਂ ਡਿਸਕਸ ਲੰਬਾ ਨਹੀਂ ਕਰ ਸਕਦੇ। ਹਾਂ, ਬਿਲਕੁਲ। ਅੱਜ ਦੇ ਜੇ ਆਪਾਂ ਦੌੜ ਦੀ ਗੱਲ ਕਰੀਏ ਤਾਂ ਮਿਊਜ਼ਿਕ ਬਣ ਰਿਹਾ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਬਣ ਰਿਹਾ, ਹੈ ਨਾ। ਬਹੁਤ ਸਾਰੇ ਨਵੇਂ ਮਿਊਜ਼ਿਕ ਡਾਇਰੈਕਟਰ ਵੀ ਆ ਰਹੇ ਨੇ, ਬਹੁਤ ਸਾਰੇ ਨਵੇਂ ਗਾਇਕ ਵੀ ਆ ਰਹੇ ਨੇਗੇ, ਪਰ ਜਦੋਂ ਆਪਾਂ ਅੱਜ ਦੀ ਮਿਊਜ਼ਿਕ ਦੀ ਗੱਲ ਕਰੀਏ ਤਾਂ ਅੱਜ ਤੋਂ ਜਿਹੜਾ 20 ਸਾਲ ਪਹਿਲਾਂ ਗਾਣਾ, ਭਾਵੇਂ ਹਿੰਦੀ ਦੀ ਗੱਲ ਕਰ ਲਈਏ, ਸਾਡੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਇਹ ਪੰਜਾਬੀ ਗਾਣੇ ਬਾਲੀਵੁੱਡ ਦੇ ਵਿੱਚ ਰੀਕ੍ਰੀਏਟ ਕੀਤੇ ਜਾ ਰਹੇ ਨੇਗੇ ਕਿਉਂਕਿ ਉਹਨਾਂ ਦੀਆਂ ਕੰਪੋਜੀਸ਼ਨ ਇੰਨੀਆਂ ਕਮਾਲ ਦੀਆਂ ਸੀਗੀਆਂ। ਸੋ ਅੱਜ ਸਾਡੇ ਕੋਲ ਜਿਹੜਾ ਮਿਊਜ਼ਿਕ ਡਾਇਰੈਕਟਰ ਹੈ, ਐਜੂਕੇਟਡ ਵੀ ਹੈ, ਸਿੱਖਿਆ ਹੋਇਆ ਵੀ ਹੈ, ਉਹਦੇ ਕੋਲ ਇੰਸਪੀਰੇਸ਼ਨਸ ਵੀ ਪਈਆਂ ਹੋਈਆਂ ਨੇ, ਹੈ ਨਾ, ਫੋਲੋ ਕਰਨ ਦੇ ਲਈ, ਅਤੇ ਪਰ ਫਿਰ ਵੀ ਅਸੀਂ ਐਵਰਗ੍ਰੀਨ ਕੰਪੋਜੀਸ਼ਨ ਕਿਉਂ ਨਹੀਂ ਬਣਾ ਪਾ ਰਹੇ ਹੈਗੇ। ਤੁਸੀਂ ਕਿਹਾ ਉਹਨਾਂ ਕੋਲ ਸਭ ਕੁਛ ਹੈ, ਕ੍ਰੀਏਟੀਵਿਟੀ ਹੈ, ਸਭ ਕੁਛ, ਐਵਰੀਥਿੰਗ ਹੈ, ਇੱਕ ਚੀਜ਼ ਨਹੀਂ ਹੈਗੀ, ਟਾਈਮ। ਸਾਡੇ ਕੋਲ ਟਾਈਮ ਹੈ ਨਹੀਂ ਅੱਜ ਡੇਟ ਦੇ ਵਿੱਚ, ਨਾ ਲਿਸਨਰ ਕੋਲ ਟਾਈਮ ਆ। ਤੁਸੀਂ ਦੇਖੋ ਕਿ ਇਸ ਸਾਲ ਕਿੰਨੇ ਗਾਣੇ ਰਿਲੀਜ਼ ਹੋਏ, ਹੈ ਨਾ। ਵੈਸੇ ਸੋਚਣ ਵਾਲੀ ਗੱਲ ਆ, ਮੈਨੂੰ ਮੌਕਾ ਮਿਲਿਆ ਮਿਰਚੀ ਅਵਾਰਡ ਦੇ ਉਹ ਜਿਹੜਾ ਜਿਊਰੀ ਮੈਂਬਰ ਬਣਦੇ ਨਾ, ਉਹਨਾਂ ਵਿੱਚ ਗਾਣੇ ਸਿਲੈਕਸ਼ਨ, ਅਤੇ ਉਹ ਕਹਿੰਦੇ ਤੁਸੀਂ ਸਿਲੈਕਟ ਕਰੋ ਇਹਨਾਂ ਨੂੰ, ਗਾਣੇ ਕਿਹੜੇ ਅੱਛੇ ਨੇ, ਕਿਹਨਾਂ ਨੂੰ ਅਸੀਂ ਕਰ ਸਕਦੇ ਹਾਂ ਫਾਈਨਲਾਈਜ਼। ਮੈਂ ਦੇਖਿਆ 12-1300 ਗਾਣਾ ਇੱਕ ਸਾਲ ਦੇ ਵਿੱਚ ਰਿਲੀਜ਼ ਹੋਇਆ। ਅੱਛਾ, ਅਤੇ 12-1300 ਦੇ ਵਿੱਚ ਸ਼ਾਇਦ ਮੈਂ 100 ਗਾਣੇ ਸੁਣੇ ਹੋਣ, ਸ਼ਾਇਦ ਇਹਨਾਂ ਦੇ ਵਿੱਚੋਂ 20 ਗਾਣੇ ਹਿੱਟ ਹੋਏ ਹੋਣ। ਅੱਛਾ, ਜਿਹੜੇ ਗਾਣੇ ਬਣਦੇ ਉਹਨਾਂ 'ਤੇ ਵੀ 15-15-20-20 ਲੱਖ ਰੁਪਏ ਲੱਗਦਾ, ਜਾਂ 60-60 ਲੱਖ ਰੁਪਏ ਲੱਗਦਾ, ਹੈ ਨਾ। ਪ੍ਰੋਡਕਸ਼ਨ ਕਿੰਨੀ ਜ਼ਿਆਦਾ ਹੋ ਰਹੀ, ਤੁਸੀਂ ਦੇਖੋ ਹੁਣ ਜਿੰਨੀ ਜ਼ਿਆਦਾ ਪ੍ਰੋਡਕਸ਼ਨ ਹੋ ਰਹੀ ਹੈ, ਡਿਜੀਟਲਾਈਜ਼ਡ ਹੋ ਗਿਆ ਸਾਰਾ ਕੁਝ, ਐਡਵਰਟੀਜ਼ਮੈਂਟ ਉੱਨੀ ਹੋ ਰਹੀ ਹੈ, ਗਾਣੇ ਉਹਨੇ ਸਾਹਮਣੇ ਆ ਰਹੇ, ਤੁਹਾਡੇ ਕੋਲ ਟਾਈਮ ਹੀ ਨਹੀਂ ਹੈ। ਮੈਂ ਤੁਹਾਨੂੰ ਕਹਿੰਦਾ ਤੁਸੀਂ ਮੇਰਾ ਪੇਜ ਫੋਲੋ ਕਰੋ, 5 ਗਾਣੇ ਦਿਨ ਦੇ ਰਿਲੀਜ਼ ਹੋਣੇ, ਸਪੋਜ਼ ਕਿਸੇ ਕੰਪਨੀ ਦਾ, ਤੁਸੀਂ ਕਿੰਨੇ ਗਾਣੇ ਸੁਣੋਗੇ। ਦੂਸਰੀ ਗੱਲ, ਵਾਈਸ ਵਰਸਾ, ਜੇ ਹੁਣ ਇੱਕ ਮਿਊਜ਼ਿਕ ਡਾਇਰੈਕਟਰ ਆ ਜਾਂ ਇੱਕ ਰਾਈਟਰ ਆ, ਉਹ ਦਿਨ ਦੇ ਕਿੰਨੇ ਗਾਣੇ ਬਣਾ ਲੇਗਾ, ਕਿੰਨਾ ਟਾਈਮ ਦੇ ਦੇਗਾ ਕੰਪੋਜੀਸ਼ਨ ਨੂੰ। ਪੁਰਾਣੇ ਟਾਈਮ ਦੀ ਗੱਲ ਕਰੀਏ, ਪੁਰਾਣੇ ਜਿੰਨੇ ਵੀ ਆਰਟਿਸਟ ਨੇ ਮੇਰੇ ਨਾਲ ਥੋੜ੍ਹੇ ਬਹੁਤ ਕਨੈਕਟਡ ਨੇ, ਮਜੀਸ਼ੀਅਨਸ ਤੋਂ ਲੈ ਕੇ ਹੋਰ ਸਿੰਗਰਸ ਜਿਹੜੇ, ਮੈਂ ਉਹਨਾਂ ਤੋਂ ਇਹ ਚੀਜ਼ ਸਿੱਖਣ ਦੀ ਕੋਸ਼ਿਸ਼ ਕਰਦਾ। ਉਹ ਕਹਿੰਦੇ ਕਿ ਅਸੀਂ ਤਾਂ ਇੱਕ ਕੰਪੋਜੀਸ਼ਨ ਨੂੰ ਸਾਲ ਵੀ ਕਦੀ ਕਦੀ ਸਾਲ ਇੱਕ ਗਾਣੇ ਨੂੰ ਰੈਡੀ ਕਰ ਦਿੰਦੇ ਸੀਗੇ, ਛੇ ਮਹੀਨੇ ਵੀ ਲਾ ਦਿੰਦੇ ਸੀਗੇ। ਅਤੇ ਜੇ ਆਪਾਂ ਕਹੀਏ ਕਿ ਪਤਾ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ, ਇਹ ਸਾਡੇ ਲਈ ਮੇਰੇ ਖਿਆਲ ਨਾਲ ਬੈਡ ਲੱਕ ਵਾਲੀ ਗੱਲ ਹੈ ਕਿ ਅਸੀਂ 2-2 ਦਿਨ 'ਚ ਵੀ ਗਾਣੇ ਬਣਾਉਂਦੇ ਹਾਂ। ਸਮਟਾਈਮਸ ਮੈਨੂੰ ਗਾਣੇ ਪਸੰਦ ਨਹੀਂ ਹੁੰਦੇ, ਇੱਦਾਂ ਹੁੰਦਾ ਮੈਨੂੰ ਗਾਣੇ ਨਹੀਂ ਪਸੰਦ ਹੁੰਦੇ, ਬਟ ਸਾਨੂੰ ਉਹ ਰਿਲੀਜ਼ ਕਰਨੇ ਪੈਣੇ ਆ ਕਿਉਂਕਿ ਆਪਾਂ ਆਪਣਾ ਵੀ ਉਹ ਜਿਹੜਾ ਆ ਉਹ ਸਰਕਲ ਜਿਹੜਾ ਚੱਲਦਾ ਰਹਿੰਦਾ। ਸੋ ਇਹ ਜੀ, ਦਿਸ ਇਜ਼ ਬੈਡ ਪੁਆਇੰਟ।
ਪਰ ਆਪਾਂ ਚਾਹੁੰਦੇ ਹਾਂ ਕਿ ਥੋੜ੍ਹਾ ਟਾਈਮ ਮਿਲੇ, ਗਾਣਾ ਚਾਹੇ ਇੱਕ ਬਣੇ, 3 ਮਹੀਨੇ 2 ਮਹੀਨੇ ਦੇ ਵਿੱਚ ਗਾਣਾ ਹੋਵੇ, ਅੱਛਾ ਹੋਵੇ, ਤਾਂ ਕਿ ਤੁਸੀਂ ਉਹਨੂੰ ਲੌਂਗ ਟਾਈਮ ਤੱਕ ਸੁਣ ਸਕੋ। ਅੱਛਾ, ਇੱਕ ਗੱਲ ਹੋਰ ਵੀ ਆ, ਮੈਂ ਤੁਹਾਡੀਆਂ ਵੀ ਇੰਟਰਵਿਊ ਸੁਣ ਰਹੀ ਸੀ, ਤੁਸੀਂ ਏ ਆਰ ਰਹਿਮਾਨ ਸਾਹਿਬ ਦਾ ਮਿਊਜ਼ਿਕ ਬੜਾ ਸੁਣਦੇ, ਉਹਨਾਂ ਨੂੰ ਫੋਲੋ ਕਰਦੇ ਹੋ, ਅਤੇ ਵੈਸਟ ਦੇ ਵੀ ਕੁਛ ਜਿਹੜੇ ਗਾਇਕ ਨੇ ਜਾਂ ਮਿਊਜ਼ੀਸ਼ੀਅਨਸ ਨੇ, ਤੁਸੀਂ ਉਹਨਾਂ ਨੂੰ ਸੁਣਦੇ ਹੋ ਨਾ, ਅਤੇ ਤੁਹਾਡੇ ਵਾਂਗ ਹੋਰ ਵੀ ਜਦੋਂ ਇੰਟਰਵਿਊ ਦੇ ਸਿਲਸਿਲੇ ਦੇ ਵਿੱਚ ਆਪਾਂ ਬਾਕੀ ਆਰਟਿਸਟਾਂ ਦੇ, ਭਾਵੇਂ ਸਿੰਗਰ ਦੀ ਗੱਲ ਕਰ ਲਈਏ, ਭਾਵੇਂ ਮਿਊਜ਼ਿਕ ਡਾਇਰੈਕਟਰ ਦੀ ਗੱਲ ਕਰ ਲਈਏ ਨਾ, ਤਾਂ ਕਹਿੰਦੇ ਨੇ ਕਿ ਅਸੀਂ ਰਹਿਮਾਨ ਸਾਹਿਬ ਜਾਂ ਵੈਸਟ ਦੇ ਮਿਊਜ਼ੀਸ਼ੀਅਨਸ ਦਾ ਉਹ ਨਾਮ ਲੈਣਗੇ, ਹੈ ਨਾ, ਮਿਊਜ਼ਿਕ ਸੰਗੀਤਕਾਰਾਂ ਦਾ ਨਾਮ ਲੈਣਗੇ, ਜਾਂ ਫਿਰ ਸਾਡੀ ਇੰਡਸਟਰੀ ਦੇ ਵਿੱਚੋਂ ਅਗਰ ਆਪਾਂ ਹਿੰਦੀ ਦੀ ਗੱਲ ਕਰੀਏ ਤਾਂ ਗੁਲਾਮ ਅਲੀ ਖਾਨ ਸਾਹਿਬ, ਮੁਹੰਮਦ ਰਫੀ ਸਾਹਿਬ, ਇਹਨਾਂ ਦਾ ਜ਼ਿਕਰ ਕਰਦੇ ਨੇਗੇ। ਪੰਜਾਬੀ ਇੰਡਸਟਰੀ ਦੇ ਆਰਟਿਸਟ ਹੋ ਕੇ ਪੰਜਾਬੀ ਇੰਡਸਟਰੀ ਦੇ ਲਈ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਇੰਡਸਟਰੀ ਉਹ ਮੁਕਾਮ ਕਿਉਂ ਨਹੀਂ ਬਣਾ ਪਾਈ ਕਿ ਸਾਡੀ ਆਰਟਿਸਟ ਸਾਡੀ ਇੰਡਸਟਰੀ ਦੇ ਵਿੱਚੋਂ ਕਿਸੇ ਨੂੰ ਇੰਸਪੀਰੇਸ਼ਨ ਨਹੀਂ ਲੈ ਕੇ ਚੱਲ ਰਹੇ? ਨਹੀਂ, ਬਿਲਕੁਲ ਸਹੀ ਗੱਲ। ਹੁਣ ਇਹਦੇ ਵਿੱਚ ਕੀ ਹੈ, ਇੱਕ ਬੜਾ ਵੱਡਾ ਫੈਕਟ ਹੈ, ਅਸੀਂ ਕਿਸੇ ਵੀ ਯੰਗਸਟਰ ਨੂੰ ਜਾਂ ਟੀਨੇਜਰ ਨੂੰ ਆਪਣੀ ਇੰਡਸਟਰੀ ਦੀ ਗੱਲ ਕਰ ਰਹੇ ਹਾਂ, ਉਹਨੂੰ ਪੁੱਛ ਲਓ ਕਿ ਤੂੰ ਕੀ ਕਰਨਾ ਚਾਹੁੰਦਾ, ਉਹਦਾ ਜਵਾਬ ਹੋਏਗਾ ਮੈਂ ਹਿੱਟ ਹੋਣਾ ਚਾਹੁੰਦਾ। ਕਦੀ ਉਹ ਇਹ ਨਹੀਂ ਕਹੇਗਾ ਕਿ ਮੈਂ ਮਿਹਨਤ ਕਰਨਾ ਚਾਹੁੰਦਾ, ਇਹਦੇ ਵਿੱਚ ਹੀ ਜਵਾਬ ਆ। ਹੁਣ ਜਿਹੜਾ ਕੋਈ ਵੀ ਆਰਟਿਸਟ ਆ ਜਾਂ ਜਿਹੜਾ ਵੀ ਕੋਈ ਇਸ ਫੀਲਡ ਨੂੰ ਪਰਸਿਊ ਕਰਦਾ ਜਾਂ ਇਹਦੇ ਵਿੱਚ ਆਉਂਦਾ ਆ, ਮੈਂ ਮਿਊਜ਼ਿਕ ਡਾਇਰੈਕਸ਼ਨ ਮੈਂ ਸਿੱਖ ਰਿਹਾ, ਆਈ ਐਮ ਨੋਟ ਅ ਪਰਫੈਕਟ ਮਿਊਜ਼ਿਕ ਡਾਇਰੈਕਟਰ, ਮੈਂ ਸਿੱਖ ਰਿਹਾ, ਮੈਂ ਹਜੇ ਤੱਕ ਲਰਨ, ਮੈਨੂੰ ਇਹ ਲੱਗ ਰਿਹਾ ਕਿ ਮੈਨੂੰ ਹਜੇ 10 ਸਾਲ ਹੋਰ ਲੱਗ ਜਾਣੇ ਆ। ਪਰ ਪ੍ਰੋਬਲਮ ਕੀ ਹੈ ਕਿ ਆਪਣੇ ਜਿੰਨੇ ਵੀ ਯੰਗਸਟਰਸ ਨੇ ਉਹ ਸੋਚਦੇ ਕਿ ਆਪਾਂ 2 ਸਾਲ 'ਚ ਹਿੱਟ ਹੋ ਜਾਣਾ, 1 ਸਾਲ ਦੇ ਵਿੱਚ ਆਪਾਂ ਕਰਾਂਗੇ, 3 ਗਾਣੇ ਕੱਢਾਂਗੇ, ਉਸ ਤੋਂ ਅਸੀਂ ਸ਼ੋਜ਼ ਲਾਣੇ ਆ, ਸਾਡਾ ਇਹ ਟਾਰਗੇਟ ਆ। ਹੁਣ ਪ੍ਰੋਬਲਮ ਕੀ ਹੈ, ਬਿਜ਼ਨਸ ਜ਼ਿਆਦਾ ਬਣ ਚੁੱਕਿਆ। ਜਦੋਂ ਮੈਂ ਮਿਊਜ਼ਿਕ ਡਾਇਰੈਕਸ਼ਨ ਕਰਨੀ ਸ਼ੁਰੂ ਕੀਤੀ ਸੀ ਜਾਂ ਮਿਊਜ਼ਿਕ ਬਣਾਉਣਾ ਸ਼ੁਰੂ ਕੀਤੀ ਸੀ, ਮੈਨੂੰ ਮਜ਼ਾ ਆਉਂਦਾ ਸੀਗਾ, ਪੈਸੇ ਨਹੀਂ ਆਉਂਦੇ ਸੀ ਮੈਨੂੰ, ਮੈਨੂੰ ਉਦੋਂ ਮਜ਼ਾ ਆਉਂਦਾ ਸੀ, ਮੈਂ ਮਜ਼ੇ ਪਿੱਛੇ ਦੌੜਿਆ। ਹੁਣ ਪ੍ਰੋਬਲਮ ਕੀ ਆ ਰਹੀ, ਜੇ ਆਪਾਂ ਪੈਸੇ ਪਿੱਛੇ ਦੌੜਾਂਗੇ ਨਾ, ਅਤੇ ਉਹ ਅਸੀਂ ਥੋੜ੍ਹਾ ਥੋੜ੍ਹਾ ਬਿਜ਼ਨਸ ਮਾਈਂਡਡ ਹੁੰਦੇ ਗਏ ਹਾਂ, ਅਤੇ ਅਸੀਂ ਆਰਟ ਨੂੰ ਪਿੱਛੇ ਛੱਡਦੇ ਗਏ ਹਾਂ, ਬਿਲਕੁਲ ਪਿੱਛੇ ਛੱਡਦੇ ਜਾ ਰਹੇ ਹਾਂ। ਅਸੀਂ ਰਿਆਜ਼ ਨੂੰ ਟਾਈਮ ਘੱਟ ਦੇ ਰਹੇ ਹਾਂ, ਅਸੀਂ ਆਪਣੀ ਪ੍ਰੈਕਟਿਸ ਨੂੰ ਟਾਈਮ ਘੱਟ ਦੇ ਰਹੇ ਹਾਂ, ਉਹ ਕੁਆਲਿਟੀ ਘਟਣੀ ਹੈ, ਡੈਫੀਨੇਟਲੀ ਘਟਣੀ ਹੈ। ਇੱਕ ਫੈਕਟਰੀ ਦੇ ਵਿੱਚ ਸਪੋਜ਼ ਇੱਕ ਦਿਨ ਦੇ ਵਿੱਚ 100 ਡੱਬਾ ਤਿਆਰ ਹੋ ਰਿਹਾ, ਮੈਂ ਕਹਿੰਦਾ 1000 ਕਰੋ, ਡੈਫੀਨੇਟਲੀ ਉਹਦੇ ਵਿੱਚ 100-200 ਤਾਂ ਜਿਹੜੇ ਉਹ ਖਰਾਬ ਜਾਣੇ ਹੀ ਜਾਣੇ ਆ। ਸੋ ਇਹ ਚੀਜ਼ ਹੈ, ਇਹਦੇ ਵਿੱਚ ਜਵਾਬ ਹੈ ਇਸ ਚੀਜ਼ ਦਾ। ਜੀ, ਇੱਕ ਹੋਰ ਚੀਜ਼ ਵੀ ਹੈ, ਜਿਵੇਂ ਤੁਸੀਂ ਕਿਹਾ ਕਿ 2 ਦਿਨਾਂ ਦੇ ਵਿੱਚ ਵੀ ਅਸੀਂ ਗਾਣਾ ਰੈਡੀ ਕਰ ਲੈਂਦੇ, ਜਾਂ ਕਈ ਵਾਰੀ ਰਾਤੋਂ ਰਾਤ ਵੀ ਬਣ ਜਾਂਦਾ, ਕੁਛ ਘੰਟਿਆਂ ਦੇ ਵਿੱਚ ਵੀ ਬਣ ਜਾਂਦਾ ਆ, ਹੈ ਨਾ। ਰੁਪਿੰਦਰ ਹਾਂਡਾ ਦਾ ਇੱਕ ਗੀਤ ਸੀ, ਮੈਨੂੰ ਗੀਤ ਦਾ ਨਾਮ ਨਹੀਂ ਯਾਦ ਹੈਗਾ, ਉਹ ਗੀਤ ਇੰਨਾ ਚੱਲਿਆ ਸੀਗਾ, ਪਰ ਜਦੋਂ ਉਸ ਗੀਤ ਬਾਰੇ ਗੱਲ ਹੁੰਦੀ ਆ ਤਾਂ ਉਸ ਗੀਤ ਦਾ ਜਿਹੜਾ ਮਿਊਜ਼ਿਕ ਆ ਘੰਟੇ ਦੇ ਵਿੱਚ ਬਣਿਆ ਸੀਗਾ, ਬਿਲਕੁਲ, ਹੈ ਨਾ। ਜਦੋਂ ਆਪਾਂ ਕਿਸੇ ਦੁਕਾਨ 'ਤੇ ਸੂਟ ਲੈਣ ਵੀ ਜਾਂਦੇ ਹਾਂ ਅਤੇ ਕਹਿੰਦੇ ਵੀ ਸਾਨੂੰ ਇੱਦਾਂ ਦਾ ਸੂਟ ਚਾਹੀਦਾ, ਉਹ ਕਹਿੰਦੇ ਜੀ 10 ਦਿਨ ਲੱਗਣਗੇ, ਉਦੋਂ ਪਹਿਲਾਂ ਦੇ, ਨਹੀਂ ਨਹੀਂ ਜੀ, ਜੇ ਫਿਰ ਕਲਾਸਿਕ ਪੀਸ ਚਾਹੀਦਾ ਤਾਂ ਟਾਈਮ ਤਾਂ ਲੱਗੂਗਾ, ਹੈ ਨਾ। ਇਹ ਮਿਊਜ਼ਿਕ ਦੇ ਵਿੱਚ ਇਹ ਚੀਜ਼ਾਂ ਕਿਵੇਂ ਹੋ ਰਹੀਆਂ ਨੇ, ਵੀ ਘੱਟ ਟਾਈਮ ਦੇ ਵਿੱਚ ਕੰਪੋਜੀਸ਼ਨਾਂ ਤਿਆਰ ਹੋ ਰਹੀਆਂ ਨੇ ਜਾਂ ਚੱਲ ਰਹੀਆਂ ਨੇ, ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਹਾਂ ਦੌਰ ਹੀ ਉਹ ਚੱਲ ਰਿਹਾ ਵੀ ਉੱਪਰ ਦੀ ਉੱਪਰ ਸਭ ਕੁਛ ਆਈ ਜਾ ਰਿਹਾ ਵਾ? ਕੰਪੀਟੀਸ਼ਨ, ਇੱਕ ਤਾਂ ਕੰਪੀਟੀਸ਼ਨ ਵਾਲਾ ਵਰਡ ਆ ਗਿਆ ਆਪਣੇ ਇਹਦੇ ਵਿੱਚ, ਆਰਟਿਸਟ ਜਿਹੜੇ ਲੋਕ ਨੇ ਇਹਨਾਂ ਵਿੱਚ ਕੰਪੀਟੀਸ਼ਨ ਨਾਮ ਦੀ ਚੀਜ਼ ਆ ਗਈ ਹੈ। ਅਤੇ ਹੁਣ ਜਿੱਦਾਂ ਤੁਸੀਂ ਕਿਹਾ ਕਿ 1 ਰਾਤ ਦੇ ਵਿੱਚ ਗਾਣਾ ਬਣ ਜਾਂਦਾ, ਅੱਛਾ ਹਿੱਟ ਹੋਣਾ ਨਹੀਂ ਹੋਣਾ ਉਹ ਬਾਅਦ ਦੀ ਗੱਲ ਆ, ਪਸੰਦ ਆਉਣਾ ਨਹੀਂ ਆਉਣਾ ਬਾਅਦ ਦੀ ਗੱਲ ਆ, ਅਸੀਂ ਉਹ ਪਹਿਲਾਂ ਨਹੀਂ ਦੱਸ ਸਕਦੇ। ਉਹ ਤਾਂ ਸ਼ਾਹਰੁਖ ਖਾਨ ਸਾਹਿਬ ਦੀ ਮੂਵੀ ਆਉਂਦੀ ਉਹ 'ਤੇ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਮੂਵੀ ਹਿੱਟ ਜਾਣੀ ਕਿ ਨਹੀਂ ਜਾਣੀ, ਨਹੀਂ ਤਾਂ ਇੰਨਾ ਕਿੰਨਾ ਪੈਸਾ ਲਾ ਦਿੰਦੇ ਹੋ। ਸੋ ਇਹ ਡਿਸਾਈਡਡ ਨਹੀਂ ਹੈ ਕਿ ਗਾਣਾ ਹਿੱਟ ਹੋਣਾ ਜਾਂ ਨਹੀਂ ਹੋਣਾ, ਬਟ ਇੱਕ ਚੀਜ਼ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿ ਤੁਸੀਂ ਗਾਣੇ ਦਾ ਜਸਟੀਫਿਕੇਸ਼ਨ ਕਿੰਨੀ ਜ਼ਿਆਦਾ ਕਰ ਰਹੇ ਹੋ। ਜੇ ਸਪੋਜ਼ ਤੁਸੀਂ ਮੈਨੂੰ ਕਹਿੰਦੇ ਇੱਕ ਔਰਕੈਸਟਰਲ ਗਾਣਾ ਬਣਾਉਣਾ, ਅਕੂਸਟਿਕ ਗਾਣਾ ਬਣਾਉਣਾ, ਉਹਨੂੰ ਮੈਂ ਇਕਰਾਰ 'ਚ ਨਹੀਂ ਕਰ ਪਾਊਂਗਾ, ਮੈਨੂੰ ਉਹਦੇ ਲਈ ਅਕੂਸਟਿਕ ਰਿਕਾਰਡ ਕਰਨੇ ਪੈਣੇ ਆ, ਡਰਮਸ ਰਿਕਾਰਡ ਕਰਨੇ ਪੈਣੇ ਜਾਂ ਸਟ੍ਰਿੰਗਸ ਰਿਕਾਰਡ ਕਰਨੇ ਪੈਣੇ, ਫਲੂਟ ਰਿਕਾਰਡ ਕਰਨੀ, ਉਹਦੇ 'ਤੇ ਮੈਨੂੰ ਟਾਈਮ ਲਗਾਉਣਾ ਪਏਗਾ। ਜੇ ਮੈਂ ਉਹਨੂੰ ਇੱਥੋਂ ਕੀਬੋਰਡ ਤੋਂ ਜਾਂ ਕੰਪਿਊਟਰਾਈਜ਼ਡ ਕਰਕੇ ਤੁਹਾਨੂੰ ਦੇ ਦਊਂਗਾ, ਤੁਹਾਨੂੰ ਉਸ ਚੀਜ਼ ਦਾ ਸਵਾਦ ਨਹੀਂ ਆਉਣਾ, ਫੀਲ ਨਹੀਂ ਆਉਣਾ। ਸੋ ਉਹ ਚੀਜ਼ ਜਿਹੜੀ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਅਫੈਕਟ ਕਰਦੀ ਹੈ।
ਡੈਫੀਨਿਟਲੀ ਇਫੈਕਟ ਕਰਦੀ ਹੈ ਉਹ ਚੀਜ਼ ਜਿਹੜੀ ਜੀ ਭਾਜੀ ਤੁਸੀਂ ਖੁਦ ਵੀ ਕਹਿੰਦੇ ਹੋ ਕਿ ਡਿਜੀਟਲੀ ਤੁਸੀਂ ਬਹੁਤ ਪਿੱਛੇ ਹੋ ਜ਼ਿਆਦਾ ਅੱਗੇ ਨਹੀਂ ਆਉਂਦੇ ਹੈਗੇ ਸ਼ਾਇਦ ਇਸੇ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਤੁਹਾਨੂੰ ਥੋੜ੍ਹੇ ਟਾਈਮ ਲੱਗ ਗਿਆ ਲੋਕਾਂ ਨੂੰ ਦੱਸਣ ਲਈ ਕਿ ਜੱਸੀ ਕਟਿਆਲ ਕੰਮ ਕਰ ਰਿਹਾ ਹੈ ਨਾ ਅਤੇ ਇਹਦੀ ਇੱਕ ਵਜ੍ਹਾ ਤੁਸੀਂ ਇਹ ਵੀ ਦੱਸ ਦਿਓ ਕਿ ਤੁਸੀਂ ਔਨ ਕੈਮਰਾ ਨਹੀਂ ਹੈਗੇ ਅਗਰ ਤੁਸੀਂ ਅੱਜ ਦੇ ਟਾਈਮ 'ਚ ਆਪਣੀ ਪਛਾਣ ਬਣਾਉਣੀ ਹੈ ਤਾਂ ਔਨ ਕੈਮਰਾ ਤੁਹਾਨੂੰ ਆਉਣਾ ਜ਼ਰੂਰੀ ਆ ਸੋ ਉਹਦੇ ਲਈ ਤੁਸੀਂ ਵੀ ਆਪਣਾ ਕੋਈ ਗਾਣਾ ਪਲਾਨ ਕਰ ਰਹੇ ਹੋ ਨਹੀਂ ਗਾਣਾ ਦੇਖੋ ਗਾਣਾ ਮੈਨੂੰ ਨਾਲ ਦੇ ਕਹਿ ਰਹੇ ਗਾਣਾ ਗਾਣਾ ਚਾਹੀਦਾ ਗਾਣਾ ਗਾਓ ਅਤੇ ਕੋਈ ਸ਼ੌਂਕ ਮੈਨੂੰ ਮਜ਼ਾ ਆ ਰਿਹਾ ਮੈਨੂੰ ਮਿਊਜ਼ਿਕ 'ਚ ਮਜ਼ਾ ਆ ਰਿਹਾ ਮੈਂ ਲਿਟਰਲੀ ਜਦੋਂ ਕੋਈ ਗਾਣਾ ਬਣਾਉਂਦਾ ਰੀਸੈਂਟ ਗਾਣਾ ਸੀਗਾ ਮਰ ਗਏ ਲੋਕੋ ਦੇ ਵਿੱਚ ਰੱਬਾ ਹੋਏ ਰਾਹਤ ਸਾਹਿਬ ਦਾ ਮੈਨੂੰ ਬਹੁਤ ਮਜ਼ਾ ਆਇਆ ਗਾਣਾ ਕਰਕੇ ਮੈਨੂੰ ਲੱਗਾ ਕਿ ਮੈਂ ਬਹੁਤ ਵਧੀਆ ਕੀਤਾ ਬਟ ਪ੍ਰੋਬਲਮ ਕੀ ਹੁਣ ਸਾਹਮਣੇ ਆਉਣ ਦੀ ਗੱਲ ਆ ਗਈ ਨਾ ਕਿ ਯਾਰ ਤੁਹਾਨੂੰ ਕਿਸੇ ਨੇ ਦੇਖਣਾ ਨਹੀਂ ਆ ਜਿੰਨੀ ਦੇਰ ਤੁਸੀਂ ਹੁਣ ਕੈਮਰੇ ਦੇ ਅੱਗੇ ਨਹੀਂ ਹੋ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਲੋਕ ਨੋਟਿਸ ਨਹੀਂ ਕਰਦੇ ਬੜੇ ਲੋਕ ਨੇ ਕਨੈਕਟਡ ਨੇ ਮੇਰੇ ਨਾਲ ਕਈ ਲੋਕ ਇੱਦਾਂ ਦੇ ਨੇ ਜਿਹੜੇ ਸਟਿਕ ਫੈਨ ਨੇ ਜਿਹੜੇ ਕਹਿੰਦੇ ਕਿ ਆਪਾਂ ਵੇਟ ਕਰ ਰਹੇ ਹਾਂ ਤੇਰੇ ਗਾਣੇ ਦਾ ਜਾਂ ਇੱਦਾਂ ਆ ਪਰ ਮਾਸੀਜ਼ਮ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਫਰੰਟ ਤੱਕ ਕੈਮਰੇ ਦੇ ਅੱਗੇ ਆਉਣਾ ਹੀ ਪੈਣਾ ਗਾਣਾ ਕਰਨਾ ਪੈਂਦਾ ਬਟ ਮੇਰਾ ਪਰਸਨਲ ਕੋਈ ਇੰਟਰਸਟ ਨਹੀਂ ਹੈ ਹਾਂ ਇਹ ਹੈ ਕਿ ਮਜਬੂਰੀ ਲਈ ਮੈਨੂੰ ਗਾਣਾ ਕਰਨਾ ਪੈ ਸਕੇ ਤਾਂ ਮੈਂ ਜ਼ਰੂਰ ਕਰੂੰਗਾ ਕਿਉਂਕਿ ਇੰਡਸਟਰੀ 'ਚ ਸਰਵਾਈਵ ਕਰਨ ਦੇ ਲਈ ਗਾਣਾ ਕਹਿੰਦੇ ਕਰਨਾ ਜ਼ਰੂਰੀ ਹੈ ਵੀ ਮਿਊਜ਼ਿਕ ਡਾਇਰੈਕਟਰ ਦੇ ਲਈ ਵੀ ਬਟ ਮੇਰਾ ਪਰਸਨਲ ਇੰਟਰਸਟ ਨਹੀਂ ਕੋਈ ਵੀ ਹੈ ਹੁਣੇ ਤੁਸੀਂ ਰਾਹਤ ਸਾਹਿਬ ਉਹਨਾਂ ਦੇ ਮਰ ਗਏ ਲੋਕੋ ਗਾਣੇ ਦਾ ਜ਼ਿਕਰ ਕੀਤਾ ਇੱਕ ਗਾਣਾ ਜਿਹੜਾ ਮੈਨੂੰ ਪਰਸਨਲੀ ਤੁਹਾਡਾ ਬਣਾਇਆ ਹੋਇਆ ਬਹੁਤ ਪਸੰਦ ਹੈ ਸੂਬੇਦਾਰ ਜੋਗਿੰਦਰ ਸਿੰਘ ਜਿਹੜਾ ਹੁਣ ਤੱਕ ਮੈਨੂੰ ਲੱਗਿਆ ਕਿ ਆਹ ਤਾਂ ਕੁਛ ਅਲੱਗ ਚੀਜ਼ ਆਈ ਹੈ ਨਾ ਨੈਣਾਂ ਦੀਆਂ ਨੈਣਾਂ ਦੇ ਉਹਦੇ ਬਾਰੇ ਮੈਨੂੰ ਦੱਸੋ ਕਿ ਕੁਛ ਨਾ ਕੁਛ ਤੁਹਾਡਾ ਖਾਸ ਰਹਿੰਦਾ ਹੋਣਾ ਕਿਉਂਕਿ ਤੁਹਾਡੇ ਲਈ ਤਾਂ ਆਪਣਾ ਹਰ ਪ੍ਰੋਜੈਕਟ ਬਹੁਤ ਸਪੈਸ਼ਲ ਹੁੰਦਾ ਹੋਣਾ ਕਿ ਇਹਦੇ ਵਿੱਚ ਕੀ ਨਵਾਂ ਕਰੀਏ ਇਹ ਤਾਂ ਤੁਸੀਂ ਨਾ ਉਹ ਮੇਰੀ ਜਿਹੜੀ ਕਹਿੰਦੇ ਨਬਜ਼ ਜਿਹੜੀ ਆ ਛੇੜ ਦਿੱਤੀ ਆ ਤਾਂ ਮੈਂ ਗਾਣੇ ਬਾਰੇ ਵਧੀਆ ਕੀਤਾ ਤੁਸੀਂ ਮੈਨੂੰ ਇਹ ਸਵਾਲ ਜਿਹੜਾ ਪੁੱਛਿਆ ਕਿ ਉਹ ਗਾਣਾ ਪਹਿਲੀ ਗੱਲ ਤਾਂ ਮੇਰਾ ਬੜਾ ਫੇਵਰੇਟ ਗਾਣਾ ਸੀਗਾ ਗਾਇਆ ਉਹਨਾਂ ਨੂੰ ਆਪਣੇ ਖਾਨ ਸਾਹਿਬ ਸਿੰਗਰ ਹੈਗੇ ਨੇ ਅਤੇ ਪੰਜਾਬ ਦੇ ਬੜੇ ਬਹੁਤ ਜ਼ਿਆਦਾ ਟੈਲੈਂਟਡ ਨੇ ਖਾਨ ਸਾਹਿਬ ਅਤੇ ਉਹ ਗਾਣਾ ਜਦੋਂ ਬਣਾ ਰਿਹਾ ਸੀ ਮੈਨੂੰ ਕੀ ਲੱਗਦਾ ਸੀਗਾ ਮੈਂ ਕਹਿ ਰਿਹਾ ਗਾਣਾ ਬਹੁਤ ਵਧੀਆ ਬਹੁਤ ਜ਼ਿਆਦਾ ਲੋਕਾਂ ਨੇ ਸੁਣਨਾ ਆ ਬਹੁਤ ਜ਼ਿਆਦਾ ਹਿੱਟ ਹੋਣ ਵਾਲਾ ਗਾਣਾ ਪਰ ਉਹ ਗਾਣੇ ਦੇ ਵਿੱਚ ਤਾਂ ਮੈਂ ਬਹੁਤ ਵੜ ਗਿਆ ਮੈਨੂੰ ਮਜ਼ਾ ਬਹੁਤ ਆਇਆ ਬਣਾਉਣ ਦੇ ਵਿੱਚ ਕਦੀ ਕਦੀ ਤੁਸੀਂ ਕਿਸੇ ਮੂਵੀ ਲਈ ਕੰਮ ਕਰਦੇ ਹੋ ਤੁਹਾਨੂੰ ਲੱਗਦਾ ਕਿ ਯਾਰ ਇਹ ਗਾਣਾ ਬਹੁਤ ਜ਼ਿਆਦਾ ਹਿੱਟ ਹੋਣਾ ਬਟ ਤੁਹਾਡੇ ਨਾਲ ਕੀ ਹੁੰਦਾ ਉਲਟਾ ਗਾਣਾ ਦੂਸਰਾ ਹਿੱਟ ਹੋ ਜਾਂਦਾ ਚਲੋ ਉਹ ਵੀ ਵਧੀਆ ਗੱਲ ਆ ਉਹ ਵੀ ਆਪਣੇ ਗਾਣੇ ਆ ਪਰ ਇਹ ਗਾਣਾ ਸੀਗਾ ਜਿਹੜਾ ਸਪੈਸ਼ਲੀ ਮੈਨੂੰ ਪਸੰਦ ਸੀਗਾ ਅਤੇ ਜਦੋਂ ਮੈਂ ਬਣਾਇਆ ਤਾਂ ਮੈਨੂੰ ਲੱਗਾ ਕਿ ਯਾਰ ਇਹ ਬਹੁਤ ਜ਼ਿਆਦਾ ਵਰਕ ਕਰਨ ਵਾਲਾ ਹੈ ਅਤੇ ਇਹਨੇ ਸਲੋਲੀ ਵਰਕ ਕੀਤਾ ਇੱਕਦਮ ਨਹੀਂ ਵਰਕ ਕੀਤਾ ਹੌਲੀ ਹੌਲੀ ਹੁਣ ਜਿੱਦਾਂ ਤੁਸੀਂ ਕਿਹਾ ਇੱਦਾਂ ਮੇਰੇ ਨਾ ਕਈ ਕਈ ਓਵਰਸੀਜ਼ ਬਾਹਰੋਂ ਕਈਆਂ ਦੇ ਮੈਸੇਜ ਆਉਂਦੇ ਕਿ ਇਹ ਗਾਣਾ ਪਰਟੀਕੁਲਰ ਸੀ ਸਾਨੂੰ ਬੜਾ ਵਧੀਆ ਲੱਗਦਾ ਹੈ ਜਿਹੜਾ ਖਾਨ ਸਾਹਿਬ ਦਾ ਹੈ ਅਤੇ ਫਿਰ ਵਧੀਆ ਲੱਗਦਾ ਅੱਛਾ ਲੱਗਦਾ ਹੈ ਕਿ ਚਲੋ ਯਾਰ ਸਲੋ ਪੋਇਜ਼ਨ ਵਰਕ ਕਰ ਰਿਹਾ ਸਲੋਲੀ ਸਲੋਲੀ ਉਹ ਗਾਣਾ ਵਰਕ ਕਰ ਰਿਹਾ ਜਲਦੀ ਨਹੀਂ ਅਤੇ ਹੌਲੀ ਹੌਲੀ ਕਰ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਕਿ ਕੁਛ ਅਲੱਗ ਜਿਹਾ ਨਹੀਂ ਆ ਰਿਹਾ ਸੋ ਉਸ ਗਾਣੇ ਨੂੰ ਸੁਣ ਕੇ ਇਹ ਫੀਲ ਆਉਂਦਾ ਕਿ ਵਾਕਈ ਕੁਛ ਅਲੱਗ ਆਇਆ ਇੰਡਸਟਰੀ ਦੇ ਵਿੱਚ ਕੁਛ ਅਲੱਗ ਟੇਸਟ ਹੈ ਨਾ ਸੁਣਨ ਦੇ ਲਈ ਮਿਲਦਾ ਆ ਅਤੇ ਭਾਅ ਜੀ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਦੀ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਹਾਂਜੀ ਅਪਕਮਿੰਗ ਦੇ ਵਿੱਚ ਸੋਲੋਜ਼ ਹੈਗੇ ਨੇ ਸੋਲੋ ਟਰੈਕਸ ਨੇ ਰਣਜੀਤ ਬਾਬਾ ਜੀ ਦੇ ਨਾਲ ਟਰੈਕ ਹੈ ਬਾਕੀ ਹੰਬਲ ਦੇ ਆਰਟਿਸਟ ਨੇ ਮੈਂ ਹਜੇ ਡਿਸਕਲੋਜ਼ ਨਹੀਂ ਕਰ ਪਾਊਂਗਾ ਬਾਕੀ ਗਿੱਪੀ ਗਰੇਵਾਲ ਭਾਅ ਜੀ ਨਾਲ ਪਲੈਨਿੰਗ ਚੱਲ ਰਹੀ ਹੈ ਸੋ ਮਿਸਟਰ ਆਪਣਾ ਇਹ ਆ ਮੰਜੇ ਬਿਸਰੇ 2 ਹੈ ਔਨ ਦਾ ਵੇ ਆ ਮੰਜੇ ਬਿਸਰੇ 2 ਹੈ ਅਤੇ ਬਾਕੀ ਅਪਕਮਿੰਗ ਮੂਵੀਜ਼ ਹੈ ਥੋੜ੍ਹੀਆਂ ਬਹੁਤ ਮੈਂ ਹਜੇ ਦੱਸ ਨਹੀਂ ਪਾਊਂਗਾ ਬਟ ਵਰਕ ਚੱਲ ਰਿਹਾ ਉਹਨਾਂ 'ਤੇ ਸਾਰਾ ਜੀ ਗਿੱਪੀ ਉਹਨਾਂ ਦੇ ਨਾਲ ਤੁਹਾਡੀ ਬਹੁਤ ਲੰਬੀ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਕੰਮ ਕਰਨ ਦਾ ਕੋਈ ਖਾਸ ਰੀਜ਼ਨ ਰਹਿੰਦਾ ਰੀਜ਼ਨ ਤਾਂ ਨਹੀਂ ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਐਕਚੁਅਲ 'ਚ ਮੈਂ ਇੱਕ ਨਾ ਗਾਣਾ ਰੈਡੀ ਕੀਤਾ ਸੀਗਾ ਲੋਕ ਜਰਦੇ ਨਾਲ ਜੱਟ ਦੀ ਚੜ੍ਹਾਈ ਨੂੰ ਅਤੇ ਮੈਂ ਕਾਫੀ ਸ਼ੋਪ ਮੈਨੂੰ ਕਾਫੀ ਮੈਂ ਐਡਿਕਟ ਮੈਂ ਕਾਫੀ ਸ਼ੋਪ ਹੁੰਦਾ ਅਤੇ ਮੈਂ ਕਾਫੀ ਪੀਂਦੇ ਪੀਂਦੇ ਨਾ ਮੇਰੇ ਨਾਲ ਲੜਕਾ ਸੀ ਕਹਿੰਦਾ ਭਾਅ ਜੀ ਮੈਂ ਲਿਰਿਕਸ ਲਿਖੇ ਨੇ
ਦਲਵੀਰ ਸਾਰੋਂ ਬਾਅਦ ਨੇ ਲਿਖੇ ਸੀਗੇ ਅਤੇ ਕਿ ਭਾਅ ਜੀ ਇਹ ਗਾਣਾ ਹੈ। ਮੈਂ ਕਿਹਾ ਅੱਛਾ, ਕਹਿੰਦੇ ਗਿੱਪੀ ਭਾਅ ਜੀ ਦੇ ਨਾਲ ਤੁਸੀਂ ਗੱਲ ਕਰੋ। ਮੈਂ ਕਿਹਾ ਮੇਰੇ ਤਾਂ ਕੰਟੈਕਟ ਦੇ ਵਿੱਚ ਹੈ ਨਹੀਂ ਗਿੱਪੀ ਗਰੇਵਾਲ ਭਾਅ ਜੀ। ਕਹਿੰਦੇ ਨਹੀਂ ਭਾਅ ਜੀ, ਇਹ ਉਹਨਾਂ ਦੇ ਨਾ ਮੈਨੇਜਰ ਦਾ ਨੰਬਰ, ਤੁਸੀਂ ਉਹਨਾਂ ਨੂੰ ਮੈਸੇਜ ਕਰੋ, ਤੁਹਾਨੂੰ ਰਿਪਲਾਈ ਕਰਨਗੇ। ਯਾਰ ਮੈਂ ਕਿਹਾ ਮੈਨੂੰ ਪਤਾ ਨਹੀਂ ਉਹ ਜਾਣਦੇ ਕਿ ਨਹੀਂ ਜਾਣਦੇ, ਪਤਾ ਨਹੀਂ ਮੈਂ, ਚਲੋ ਮੈਂ ਕਿਹਾ ਮੈਂ ਟਰਾਈ ਕਰਦਾ। ਮੈਂ ਉਹਨਾਂ ਨੂੰ ਮੈਸੇਜ ਕੀਤਾ ਉਹਨੂੰ, ਅਤੇ ਮੇਰੇ ਖਿਆਲ ਨਾਲ 5 ਮਿੰਟ ਦੇ ਵਿੱਚ ਉਹਨਾਂ ਦਾ ਰਿਪਲਾਈ ਆ ਗਿਆ। ਅਤੇ 5 ਮਿੰਟ ਦੇ ਬਾਅਦ ਉਹਨਾਂ ਨੇ ਕਿ ਹਾਂ ਗਾਣਾ ਸੁਣਿਆ। 20 ਮਿੰਟ ਦੇ ਵਿੱਚ ਵਿੱਚ ਇਹ ਫਾਈਨਲਾਈਜ਼ ਹੋ ਗਿਆ ਕਿ ਆਪਾਂ ਗਾਣਾ ਕਰ ਰਹੇ ਹਾਂ। ਅਸੀਂ ਉੱਥੋਂ ਕੌਫੀ ਪੀ ਕੇ ਨਿਕਲੇ ਅਤੇ ਉਹਨਾਂ ਨੇ ਫਿਰ ਦੱਸਿਆ ਕਿ ਆਪਾਂ ਇਹ ਗਾਣਾ ਇਸ ਮੂਵੀ ਦੇ ਲਈ ਕਰਾਂਗੇ। ਸੋ ਗਾਣਾ ਬਣਿਆ, ਉੱਥੋਂ ਸਟਾਰਟ ਹੋਇਆ ਸਫ਼ਰ, ਅਤੇ ਰੱਬ ਦੀ ਦਿਆਣਾ ਹਜੇ ਤੱਕ ਚੱਲੀ ਜਾ ਰਿਹਾ। ਸੋ ਇੱਕ ਟਿਊਨਿੰਗ ਦੀ ਗੱਲ ਹੈ, ਜੋ ਉਹ ਮੈਨੂੰ ਕਹਿੰਦੇ ਨੇ ਕਿ ਯਾਰ ਆਪਾਂ ਇੱਦਾਂ ਕਰਨਾ, ਆਹ ਕਰਨਾ, ਇਹਨੂੰ ਗਾਣੇ ਨੂੰ ਇੱਦਾਂ ਕਰ ਲੈ, ਇਹਨੂੰ ਸਲੋ ਕਰ ਲੈ। ਸੋ ਉਹ ਬੜਾ ਫਲੋਲੈਸ ਕੰਮ ਹੋ ਜਾਂਦਾ ਮੇਰਾ। ਸੋ ਮੇਰੇ ਤੋਂ ਕੰਮ ਕਰਵਾ ਲੈਂਦੇ ਜਾਂ ਕਹਿ ਲਓ, ਜਾਂ ਮੈਂ ਉਹਨਾਂ ਨਾਲ ਵਧੀਆ ਤਰੀਕੇ ਨਾਲ ਕਰ ਲੈਂਦਾ, ਇੱਦਾਂ ਚੱਲਦਾ ਜੀ, ਐਸੋਸੀਏਸ਼ਨ ਇੱਦਾਂ ਦੀ ਜੀ। ਅਤੇ ਰੱਬ ਸੁੱਖ ਰੱਖੇ, ਭਾਵੇਂ JK ਦੇ ਨਾਂ ਨਾਲ ਲੋਕ ਤੁਹਾਨੂੰ ਜਾਣਨ, ਭਾਵੇਂ ਜੱਸੀ ਕਟਿਆਲ ਕਰਕੇ ਜਾਣਨ, ਹੈ ਨਾ, ਅਤੇ ਤੁਹਾਡਾ ਸਫ਼ਰ ਇਹ ਮਿਊਜ਼ਿਕ ਡਾਇਰੈਕਸ਼ਨ ਦਾ ਇਸੇ ਤਰ੍ਹਾਂ ਹੀ ਚੱਲਦਾ ਰਹੇ, ਅਤੇ ਬਹੁਤ ਸਾਰੇ ਗਾਣੇ ਤੁਸੀਂ ਕਰੋ, ਆਪਣਾ ਸਵੱਬ ਬਣਦਾ ਰਹੇ, ਸਮੇਂ ਸਮੇਂ 'ਤੇ ਆਪਾਂ ਗੱਲ ਜ਼ਰੂਰ ਕਰੀਏ। ਜਾਂਦੇ ਜਾਂਦੇ ਨਿਊਜ਼ ਨੰਬਰ 'ਤੇ ਦਰਸ਼ਕਾਂ ਨੂੰ ਕੁਛ ਕਹਿਣਾ ਚਾਹੋਗੇ? ਇਹੀ ਕਹਿਣਾ ਚਾਹੂੰਗਾ ਕਿ ਸਹੀ ਗਾਣੇ 'ਤੇ ਸਹੀ ਕਮੈਂਟ ਕਰੋ ਅਤੇ ਸਹੀ ਗਾਣੇ ਨੂੰ ਅੱਗੇ ਪ੍ਰੋਸੀਡ ਕਰੋ, ਕਿਉਂਕਿ ਡਿਜੀਟਲ ਮਾਰਕੀਟ ਦਾ ਬੜਾ ਪ੍ਰਭਾਵ ਹੈ। ਸੋ ਗਾਣਿਆਂ ਨੂੰ ਤੁਸੀਂ ਉਹਨਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਤੁਹਾਨੂੰ ਲੱਗਦੇ ਲੈ ਕੇ ਆਉਣੇ ਚਾਹੀਦੇ, ਤਾਂ ਕਿ ਵਧੀਆ ਪੰਜਾਬ, ਵਧੀਆ ਮਿਊਜ਼ਿਕ, ਵਧੀਆ ਲੋਕ, ਵਧੀਆ ਆਰਟਿਸਟ ਅੱਗੇ ਆ ਸਕਣ, ਤਾਂ ਕਿ ਬੈਟਰ ਫਿਊਚਰ ਆ ਸਕੇ। ਜੀ ਜ਼ਰੂਰ ਭਾਅ ਜੀ, ਥੈਂਕ ਯੂ ਸੋ ਮਚ, ਤੁਸੀਂ ਆਪਣਾ ਇੰਨਾ ਟਾਈਮ ਦਿੱਤਾ ਅਤੇ ਸਾਡੇ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਵੀ ਤੁਸੀਂ ਪਹਿਲਾਂ ਕੀਤੀ ਹੈ, ਅਤੇ ਸਾਡੇ ਵਿਊਜ਼ ਦੇ ਨਾਲ ਤੁਸੀਂ ਗੱਲਾਂ ਬਾਤਾਂ ਕੀਤੀਆਂ। ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਗੁੱਡ ਲੱਕ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸੋ ਦੋਸਤੋ, ਇਹ ਸਨ ਸਾਡੇ ਨਾਲ ਸੰਗੀਤਕਾਰ ਜੱਸੀ ਕਟਿਆਲ, ਜਿਨ੍ਹਾਂ ਦੇ ਹੁਣ ਤੱਕ ਦੇ ਮਿਊਜ਼ਿਕ ਸਫ਼ਰ ਨੂੰ ਲੈ ਕੇ, ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ, ਜਾਂ ਫਿਰ ਆਪਾਂ ਕੁੱਲ ਮਿਊਜ਼ਿਕ ਨੂੰ ਲੈ ਕੇ ਕਰੀਏ ਗੱਲਬਾਤ ਹੋਈ ਹੈ। ਉਮੀਦ ਹੈ ਕਿ ਤੁਸੀਂ ਪਸੰਦ ਕਰੋਗੇ। ਫਿਲਹਾਲ ਦੇ ਲਈ ਗੁਰਦੀਪ ਗਰੇਵਾਲ ਨੂੰ ਦੇ ਦਿਓ ਇਜਾਜ਼ਤ, ਆਪਾਂ ਫਿਰ ਮਿਲਾਂਗੇ। ਰੱਬ ਰੱਖਾ।